ਵੰਦਨਾ ਬਾਬਾ ਆਨੰਦ ਸਿੰਘ ਨੂੰ, ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਵੰਦਨਾ ਬਾਬਾ ਆਨੰਦ ਸਿੰਘ ਨੂੰ, ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਭਗਤੀ ਦਾ ਘਰ ਬਣਾਇਆ ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਜਿਨ ਭਗਤੀ ਦਾ ਘਰ ਬਣਾਇਆ ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਸ਼ੇਰਪੁਰੇ ਵਿੱਚ ਜਨਮ ਧਾਰਿਆ, ਸ਼ੇਰਪੁਰੇ ਵਿੱਚ ਜਨਮ ਧਾਰਿਆ, ਸ਼ੇਰਪੁਰੇ ਵਿੱਚ ਜਨਮ ਧਾਰਿਆ, ਸ਼ੇਰਪੁਰੇ ਵਿੱਚ ਜਨਮ ਧਾਰਿਆ, ਲੇਰਾਂ ਦਾ ਨਾ ਚਮਕਾਇਆ ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਲੇਰਾਂ ਵਿੱਚ ਜੰਗਲਾਂ ਆਨੰਦ ਸਿੰਘ ਮੇਰੇ।
ਸਾਰੀ ਰਾਤ ਪਾਣੀ ਵਿੱਚ ਛੜ ਕੇ, ਸਾਰੀ ਸਾਰੀ ਰਾਤ ਪਾਣੀ ਵਿੱਚ ਛੜ ਕੇ, ਸਾਰੀ ਸਾਰੀ ਰਾਤ ਪਾਣੀ ਵਿੱਚ ਛੜ ਕੇ, ਸਾਰੀ ਸਾਰੀ ਰਾਤ ਪਾਣੀ ਵਿੱਚ ਛੜ ਕੇ, ਨਾਮ ਜਪਿਆ ਤੇ ਨਾਮ ਜਪਾਇਆ ਮੇਰੀ ਵੰਦਨਾ ਬਾਬਾ ਨੰਦ ਸਿੰਘ ਨੂੰ, ਮੇਰੀ ਵੰਦਨਾ ਬਾਬਾ ਨੰਦ ਸਿੰਘ ਨੂੰ, ਡੇਰਾ ਵਿੱਚ ਜੰਗਲਾਂ ਜੰਗਲਾਂ ਦੇ ਲਾਇਆ
ਬਾਬਾ ਨਰਸ ਸਿੰਘ ਜੀ ਮਹਾਰਾਜ ਦੇ ਚਰਨਾਂ ਉੱਪਰ ਵਾਰ ਵਾਰ ਨਮਸਕਾਰ, ਵਾਰ ਵਾਰ ਵੰਦਨਾ। ਕਿਉਂ? ਕਿਉਂਕਿ ਉਹਨਾਂ ਨੇ ਜਪਿਆ। ਸਾਹਿਬ ਆਖਦੇ ਨੇ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਉਹਨਾਂ ਦੀ ਸੰਗਤ ਨਾਲ ਸੰਸਾਰ ਤਰਦਾ ਹੈ ਜਿਨ੍ਹਾਂ ਨੇ ਜਪਿਆ ਹੈ। ਉਹਨਾਂ ਨੂੰ ਨਮਸਕਾਰ। ਸਾਹਿਬ ਆਖਦੇ ਨੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਆਖਿਆ ਜੇ ਤੇਰੇ ਪੁੰਨ ਹਨ ਤਾਂ ਤੂੰ ਕਿਸੇ ਮਹਾਂਪੁਰਖਾਂ ਨੂੰ ਨਮਸਕਾਰ ਕਰੇਗਾ, ਤੇ ਜੇ ਉਸ ਤੋਂ ਵੀ ਵੱਡੇ ਪੁੰਨ ਹਨ ਤਾਂ ਬਈ ਫਿਰ ਡੰਡੌਤ ਕਰੇਗਾ। ਡੰਡੌਤ ਆਖਦੇ ਹਨ ਜੋ ਧਰਤੀ ਤੇ ਪੂਰਾ ਵਿਸ਼ ਜਾਣਾ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਪਰ ਇਹ ਦਾਤ ਹੈ ਗੁਰਮੁਖਾਂ ਦੀ। ਸਾਹਿਬ ਨੂੰ ਪਤਾ ਸੀ ਕਿ ਐਸੇ ਬੰਦੇ ਹੋਣਗੇ ਸੰਸਾਰ ਵਿੱਚ ਜਿਹੜੇ ਇਹ ਗੱਲ ਕਹਿਣਗੇ ਕਿ ਕਿਸੇ ਸੰਤ ਮਹਾਂਪੁਰਸ਼ ਨੂੰ ਨਮਸਕਾਰ ਨਹੀਂ ਕਰਨੀ। ਇਸੇ ਵਾਸਤੇ ਉਹਨਾਂ ਨੇ ਅਗਲੀ ਪੰਕਤੀ ਦੇ ਵਿੱਚ ਬਚਨ ਕੀਤਾ ਕਿ ਸਾਕਤ ਹਰ ਰਸ ਸਾਧ ਨਾ ਜਾਣਿਆ। ਇਸ ਰਸ ਦਾ ਸਵਾਦ ਸਾਕਤ ਬੰਦੇ ਨੂੰ ਨਹੀਂ ਆਇਆ। ਸਾਕਤ ਬੰਦਾ ਕਹਿੰਦਾ ਵੀ ਕਿਸੇ ਮਹਾਂਪੁਰਖ ਅੱਗੇ ਝੁਕਣਾ ਨਹੀਂ ਚਾਹੀਦਾ, ਕਿਉਂਕਿ ਤਿੰਨ ਅੰਤਰ ਹੋਮੈ ਕੰਡਾ ਹੈ। ਉਹਦੇ ਅੰਦਰ ਇੱਕ ਕੰਡਾ ਹੈ, ਕਿਹੜਾ? ਹੋਮੈ ਦਾ। ਜਿਵੇਂ ਸਾਡੇ ਪੈਰ ਵਿੱਚ ਕੰਡਾ ਲੱਗ ਜਾਏ ਸਾਨੂੰ ਤੁਰਨ ਨਹੀਂ ਦਿੰਦਾ, ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਹੋਮੈ ਦਾ ਕੰਡਾ ਹੈ ਉਹ ਕਿਸੇ ਦੇ ਅੱਗੇ ਝੁਕਣ ਨਹੀਂ ਦਿੰਦਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਨਿਵੇਂ ਤਨਖ ਅਰਬਾਨ, ਨਿਵੇਂ ਦਾਤਾ ਗੁਣਵੰਤਾ। ਸ਼ਿਕਾਰੀ ਜਿਸ ਵੇਲੇ ਸਿਸਤ ਲਾਉਂਦਾ ਤਾਂ ਕਿਵੇਂ ਝੁਕਿਆ ਬੈਠਾ ਹੈ, ਉਸਦਾ ਤੀਰ ਬੜੀ ਦੂਰ ਤੱਕ ਜਾਏਗਾ। ਬੱਦਲ ਜਿਸ ਵੇਲੇ ਵਸਦੇ ਹਨ ਤਾਂ ਝੁਕ ਜਾਂਦੇ ਹਨ। ਟਹਿਣੀ ਨੂੰ ਜਿਸ ਵੇਲੇ ਫਲ ਲੱਗਦਾ ਤਾਂ ਨੀਵੀਂ ਹੋ ਜਾਂਦੀ ਹੈ, ਬਈ ਜੇ ਉੱਚੀ ਰਵਾਂ ਤਾਂ ਕਿਸੇ ਦਾ ਹੱਥ ਨਹੀਂ ਪਹੁੰਚੇਗਾ। ਇਸ ਵਾਸਤੇ ਫਲ ਲੱਗਾ ਟਹਿਣੀ ਨੂੰ ਝੁੱਕ ਗਈ ਕਿ ਕੋਈ ਫਲ ਤੋੜ ਲਵੇ ਔਰ ਖਾ ਲਵੇ। ਨਿਵੇਂ ਤਨਖ ਅਰਬਾਨ, ਨਿਵੇਂ ਦਾਤਾ ਗੁਣਵੰਤਾ, ਨਿਵੇਂ ਸੂਰ ਅਰ ਵੀਰ, ਨਿਵੇਂ ਦਾਨੀ ਪਤਵੰਤਾ। ਇਹ ਸਾਰੇ ਨਿਮਰਤਾ ਨਾਲ ਪੂਜੇ ਜਾਂਦੇ ਹਨ। ਬਾਦਲ ਵਰਖਾ ਕਰਨ ਸਮੇਂ ਪੀ ਆਕਾਸ਼ੋਂ ਉਹ ਨਿਵੇਂ, ਪਰ ਇੱਕ ਹੰਕਾਰੀ ਸੁੱਕੀ ਲੱਕੜੀ ਟੂਟ ਜਾਏ ਪਰ ਨਾ ਨਿਵੇਂ। ਆ ਲੱਕੜ ਜਿਸ ਵੇਲੇ ਗਿੱਲੀ ਹੁੰਦੀ ਹੈ ਤਾਂ ਕਿੰਨੀ ਨਰਮ ਹੁੰਦੀ ਹੈ, ਪਰ ਜਿਸ ਵੇਲੇ ਸੁੱਕ ਗਈ ਤਾਂ ਆਕੜ ਗਈ। ਹੁਣ ਜਰਾ ਕੁ ਲਿਫਾਓ ਲਿਫਦੀ ਨਹੀਂ ਟੁੱਟ ਜਾਂਦੀ ਹੈ। ਇਸੇ ਤਰ੍ਹਾਂ ਸਾਕਤ ਬੰਦਾ ਉਹ ਲਿਫਦਾ ਨਹੀਂ ਟੁੱਟ ਜਾਂਦਾ ਹੈ। ਕਿਉਂ? ਕਿ ਤਿੰਨ ਅੰਤਰ ਹੋਮੈ ਕੰਡਾ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲੇ ਚੁਬੇ ਦੁੱਖ ਪਾਵੈ, ਜਮ ਕਾਲ ਸਹੇ ਸਿਰ ਡੰਡਾ ਹੈ। ਜਿਸ ਵੇਲੇ ਅੱਗੇ ਜਾਏਗਾ ਤਾਂ ਉਹਦੇ ਸਿਰ ਤੇ ਜਮਕਾਲ ਦਾ ਡੰਡਾ ਭੱਜੇਗਾ। ਅੱਜ ਸੰਸਾਰ ਦੇ ਉੱਤੇ ਇੱਕ ਗੱਲ ਬੜਾ ਪ੍ਰਚਾਰ ਹੋ ਰਿਹਾ ਹੈ
ਕਿ ਸੰਤ ਕੋਈ ਸੰਸਾਰ ਤੇ ਹੈ ਹੀ ਨਹੀਂ। ਇਹ ਗੱਲ ਜਾਂ ਤਾਂ ਉਹ ਆਖ ਰਹੇ ਹਨ ਜਿਨ੍ਹਾਂ ਦੇ ਅੰਦਰ ਈਰਖਾ ਹੈ, ਜਾਂ ਫਿਰ ਕਈ ਵਾਰੀ ਕੋਈ ਕਿਸੇ ਪਖੰਡੀ ਦੇ ਮਗਰ ਲੱਗ ਜਾਂਦਾ ਹੈ ਤੇ ਫਿਰ ਜਿਸ ਵੇਲੇ ਉਹਦੇ ਐਸੇ ਕੌਤਕ ਦੇਖਦਾ ਹੈ ਤਾਂ ਫਿਰ ਉਹ ਇੱਕੋ ਗੱਲ ਫੜਦਾ ਕਿ ਕੋਈ ਸੰਤ ਹੈ ਹੀ ਨਹੀਂ। ਪਰ ਸਾਹਿਬ ਆਖਦੇ ਨੇ ਨਹੀਂ, ਉਹਨਾਂ ਨੇ ਪਹਿਲੇ ਬਚਨ ਕੀਤਾ ਕਿ ਨਿਰੰਕਾਰ ਨੇ ਤੁਹਾਨੂੰ ਦਿਮਾਗ ਦਿੱਤਾ ਹੈ, ਤੁਸੀਂ ਉਸ ਨੂੰ ਵਰਤੋਂ ਨਹੀਂ ਕੀਤੀ, ਉਸ ਦੀ ਸਾਧ ਅਸਾਧ ਜਾਣੋ ਨਹੀਂ, ਬਾਦ ਸੋ ਬਾਦ ਵਿਵਾਦ, ਸੰਤ ਤੇ ਅਸੰਤ ਦੀ ਅਸੀਂ ਪਰਖ ਨਹੀਂ ਕੀਤੀ। ਬਸ ਪਹਿਲਾਂ ਤਾਂ ਅਸੀਂ ਦੇਖਾ ਦੇਖੀ ਮਗਰ ਲੱਗਦੇ ਗਏ ਤੇ ਫਿਰ ਅਸੀਂ ਸਾਰਿਆਂ ਨੂੰ ਕਹਿਣ ਲੱਗੇ ਕਿ ਕੋਈ ਸੰਤ ਹੈ ਹੀ ਨਹੀਂ ਦੁਨੀਆ ਤੇ। ਬਾਣੀ ਦੇ ਵਿੱਚ ਸੰਤ ਦੀ ਬਹੁਤ ਵਡਿਆਈ ਹੈ, ਇਸ ਵਾਸਤੇ ਸੰਤ ਦੀ ਬਹੁਤ ਡਿਮਾਂਡ ਹੋ ਗਈ ਤੇ ਜਿਸ ਚੀਜ਼ ਦੀ ਡਿਮਾਂਡ ਬਹੁਤ ਵੱਧ ਜਾਏ ਫਿਰ ਉਹਦੀ ਨਕਲ ਹੋਣੀ ਅਵਸ਼ ਗੱਲ ਹੈ, ਫਿਰ ਨਕਲ ਵੀ ਬਹੁਤ ਹੋ ਗਈ। ਉੱਥੇ ਫਿਰ ਹੁਣ ਅਸੀਂ ਪਰਖ ਕਰਦੇ ਹਾਂ, ਹੁਣ ਆਪਾਂ ਬਾਜ਼ਾਰੋਂ ਕੋਈ ਚੀਜ਼ ਖਰੀਦਣ ਜਾਂਦੇ ਹਾਂ 100, 200, 400 ਰੁਪਏ ਦੀ, ਪਰਖ ਕਰਦੇ ਹਾਂ ਵੀ ਕਿਤੇ ਇਹ ਨਕਲੀ ਤਾਂ ਨਹੀਂ। ਉਹ ਭਲਿਓ ਜੇ 200-400 ਰੁਪਏ ਦੀ ਚੀਜ਼ ਖਰੀਦਣ ਲੱਗਿਆਂ ਅਸੀਂ ਉਹਦੀ ਪਰਖ ਕਰਦੇ ਹਾਂ, ਜਿੱਥੇ ਸਿਰ ਦੇਣਾ ਉੱਥੇ ਨਹੀਂ ਦੇਖਦੇ ਅਸੀਂ। ਉੱਥੇ ਮੇਰੇ ਸਾਹਿਬ ਆਖਦੇ ਨੇ ਕਿ ਸਾਧ ਅਸਾਧ ਜਾਣੋ ਨਹੀਂ, ਬਾਦ ਸੋ ਬਾਦ ਵਿਵਾਦ। ਤੇ ਬਾਣੀ ਦੇ ਵਿੱਚ ਕਿਸੇ ਸੰਤ ਦਾ ਨਾਮ ਨਹੀਂ ਲਿਖਿਆ, ਸੰਤ ਦੀਆਂ ਨਿਸ਼ਾਨੀਆਂ ਲਿਖੀਆਂ ਹਨ। ਇਹ ਬਾਣੀ ਦੀ ਕਸਵੱਟੀ ਨਾਲ ਅਸੀਂ ਸੰਤ ਅਸੰਤ ਦੀ ਪਰਖ ਕਰ ਸਕਦੇ ਹਾਂ। ਦਾਸ ਦੀਆਂ ਪਹਿਲਾਂ 228 ਤੇ 229 ਨੰਬਰ ਕੈਸਟਾਂ ਦੋਨਾਂ ਦੇ ਵਿੱਚ ਹੀ ਸੰਤ ਦੀਆਂ ਨਿਸ਼ਾਨੀਆਂ ਗੁਰਬਾਣੀ ਮੁਤਾਬਕ ਕੌਣ ਸੰਤ ਹੈ ਕੌਣ ਅਸੰਤ ਹੈ ਇਹੀ ਕੁਝ ਦਰਜ ਹੈ। ਤੇ ਇੱਕ ਵੱਡੀ ਨਿਸ਼ਾਨੀ ਸੰਤ ਦੀ ਹੋਰ ਕਿ ਖਾਦ ਖੂਦ ਧਰਤੀ ਸਹੇ, ਕਾਟ ਕੂਟ ਬਨ ਰਾਏ, ਕੁਟਲ ਬਚਨ ਸਾਧੂ ਸਹੇ, ਔਰ ਸੇ ਸਹੇ ਨਾ ਜਾਏ। ਧਰਤੀ ਨੂੰ ਕੁੱਟੀ ਜਾਓ ਕੁਛ ਨਹੀਂ ਕਹਿੰਦੀ, ਦਰਖਤ ਨੂੰ ਕੱਟੀ ਜਾਓ ਕੁਛ ਨਹੀਂ ਕਹਿੰਦਾ, ਪਰ ਜੇ ਕੋਈ ਸਾਧੂ ਨੂੰ ਕਬੋਲ ਬੋਲ ਜਾਏ ਉਹ ਵੀ ਕੁਛ ਨਹੀਂ ਕਹਿੰਦਾ। ਇਹ ਵੀ ਇੱਕ ਸੰਤ ਦੀ ਨਿਸ਼ਾਨੀ ਹੈ ਸਾਧ ਸੰਗਤ। ਬਾਣੀ ਵਿੱਚ ਵੀ ਜ਼ਿਕਰ ਹੈ, ਨਾਮਦੇਵ ਜੀ ਦਾ ਸ਼ਬਦ ਹੈ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਅੱਗੇ ਜਾ ਕੇ ਲਿਖਦੇ ਨੇ, ਬਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਅਬ ਜੀ ਜਾਨ ਐਸੀ ਬਨ ਆਈ, ਮਿਲੋ ਗੋਪਾਲ ਨਿਸ਼ਾਨ ਬੁਝਾਈ, ਉਸਤਤ ਨਿੰਦਾ ਕਰੇ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਤੇ ਸਾਧ ਸੰਗਤ ਇਹ ਮਹਾਂਪੁਰਸ਼ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਪਾਕਿਸਤਾਨ ਦੇ ਵਿੱਚ ਜਾਇਆ ਕਰਦੇ ਸਨ ਤੇ ਉੱਥੇ ਪਿੰਡ ਬਾਗਾਂ ਤੇ ਝੰਗ ਮਗਿਆਣਾ ਉੱਥੇ ਬਹੁਤ ਜਾਂਦੇ ਸਨ ਤੇ ਉੱਥੇ ਵਿਚਾਲੇ ਇੱਕ ਭਿਆਨਕ ਜੰਗਲ ਸੀ, 3 ਮੀਲ ਬਾਗਾਂ ਤੋਂ ਤੇ 3 ਮੀਲ ਝੰਗ ਤੋਂ, ਨੇੜੇ ਸ਼ਹਿਰ ਨਹੀਂ ਸੀ ਕੋਈ, ਭਿਆਨਕ ਜੰਗਲ ਸੀ। ਉਸ ਥਾਂ ਦਾ ਨਾਂ ਸੀ ਭਿੜਕੀ। ਤੇ ਜਿਵੇਂ ਅੱਜ ਇੱਥੇ ਤੁਸੀਂ ਸਾਰੇ ਬਾਬਾ ਜੀ ਨੂੰ ਕਲੇਰਾਂ ਵਾਲੇ ਆਖਦੇ ਹੋ, ਉੱਥੇ
ਬਾਬਾ ਜੀ ਨੂੰ ਭਿੜਕੀ ਵਾਲੇ ਸੰਤ ਕਹਿੰਦੇ ਸਨ ਤੇ ਬੜੀ ਉਸ ਇਲਾਕੇ ਦੇ ਵਿੱਚ ਬਾਬਾ ਜੀ ਦੀ ਮਹਿਮਾ ਸੀ ਕਿ ਬੋਲਦੇ ਨਹੀਂ ਕਿਸੇ ਨਾਲ, ਫਾਲਤੂ ਗੱਲ ਨਹੀਂ ਕਰਦੇ। ਕੋਈ ਪ੍ਰਸ਼ਾਦ ਰੱਖ ਗਿਆ, ਜੀ ਕੀਤਾ ਲੈ ਲਿਆ, ਜੀ ਕੀਤਾ ਪਿਆ ਰਿਹਾ। ਇਸ ਤਰ੍ਹਾਂ ਦੀ ਅਵਸਥਾ, ਬੜੀ ਮਹਿਮਾ ਬਾਬਾ ਜੀ ਦੀ ਉੱਥੇ। ਤੇ ਸਾਧ ਸੰਗਤ ਇਹ ਬਾਬਾ ਜੀ ਦੀ ਮਹਿਮਾ ਸੁਣ ਕੇ ਨਾ ਇੱਕ ਰੋਡਾ ਸਾਧ ਆ ਗਿਆ, ਆ ਕੋਨ ਮੋਨ ਭਗਵੇਂ ਕੱਪੜੇ ਪਾਏ ਹੋਏ। ਤੋ ਜਿਸ ਵੇਲੇ ਪਹੁੰਚਿਆ ਉੱਥੇ, ਉਹਨੇ ਆਣ ਕੇ ਬੂਹਾ ਖੜਕਾਇਆ। ਇਕਨਾਂ ਨੂੰ ਇਹ ਵੀ ਨਹੀਂ ਪਤਾ ਵੀ ਮਹਾਂਪੁਰਸ਼ਾਂ ਨੂੰ ਬੁਲਾਈਦਾ, ਆਉਂਦਿਆਂ ਸਾਰੀ ਬੂਹਾ ਖੜਕਾ ਦਿੱਤਾ। ਸਾਡਾ ਵਸ ਚੱਲੇ ਤਾਂ ਬੂਹਾ ਲਾ ਕੇ ਅੰਦਰ ਵੜ ਜਾਈਏ, ਇਹ ਨਹੀਂ ਦੇਖਣਾ ਵੀ ਉਹ ਕਿਸ ਰੰਗ ਵਿੱਚ ਬੈਠੇ ਹਨ। ਬੂਹਾ ਖੜਕਾਇਆ, ਬਾਬਾ ਜੀ ਧਿਆਨ ਮਗਨ ਸਨ, ਬਾਬਾ ਜੀ ਨੇ ਕੋਈ ਜਵਾਬ ਨਾ ਦਿੱਤਾ। ਉਹਨੇ ਦੂਜੀ ਵਾਰ ਫਿਰ ਖੜਕਾਇਆ ਚੰਗੀ ਤਰ੍ਹਾਂ, ਬਾਬਾ ਜੀ ਨੇ ਫਿਰ ਵੀ ਕੋਈ ਉੱਤਰ ਨਾ ਦਿੱਤਾ। ਚਾਰ ਚੁਫੇਰੇ ਉਹਨੇ ਦੇਖਿਆ ਵੀ ਕੋਈ ਹੋਰ ਬੂਹਾ ਹੋਵੇ, ਹੋਰ ਕੋਈ ਨਹੀਂ, ਬੂਹਾ ਇੱਕੋ ਹੀ ਹੈ। ਤੇ ਸਾਧ ਸੰਗਤ ਹੁਣ ਚਾਹੀਦਾ ਤਾਂ ਇਹ ਸੀ ਵੀ ਉਹ ਮਹਾਂਪੁਰਖ ਬੇਪਰਵਾਹ ਹਨ, ਬੇਪਰਵਾਹ ਨਾ ਬੋਲਣੀ। ਜੇ ਬੇਪਰਵਾਹ ਨਾ ਬੋਲਣ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਮਸਤਕ 'ਤੇ ਲਾ, ਉਹਨਾਂ ਨੂੰ ਬੁਲਾ, ਉਹ ਮਲ ਮਲ ਤੋਵਾਂ ਪਾਏ। ਚਾਹੀਦਾ ਤਾਂ ਇਹ ਸੀ ਵੀ ਨਿਮਰਤਾ ਦੇ ਨਾਲ ਬੇਨਤੀ ਕਰਦਾ, ਬਾਬਾ ਜੀ ਦਿਓ ਦਰਸ਼ਨ, ਆਓ ਸਾਧ ਸੰਗਤ। ਉਹਨੇ ਤਾਂ ਨਹੀਂ ਕੀਤੀ, ਆਪਾਂ ਤਾਂ ਕਰੀਏ। ਮੇਰੇ ਬਾਬਾ ਜੀ ਦਿਓ ਦਰਸ਼ਨ, ਮੇਰੇ ਬਾਬਾ ਜੀ ਦਿਓ ਦਰਸ਼ਨ। ਬੇਨਤੀ ਕਰਨ ਦੀ ਬਜਾਏ ਉਹ ਉਤਰ ਆਇਆ ਗੰਦੀ ਜ਼ਬਾਨ
ਕਹਿਣ ਲੱਗਾ ਇੰਜ ਬੂਹੇ ਬੰਦ ਕਰਕੇ ਬੈਠਣ ਨਾਲ ਸੋਭਾ ਵਧਦੀ ਹੈ। ਬੂਹੇ ਬੰਦ ਕਰਕੇ ਬੈਠੇ ਹਨ, ਕਿਸੇ ਨਾਲ ਬੋਲਣਾ ਨਹੀਂ, ਗੱਲ ਨਹੀਂ ਕਰਨੀ। ਕਹਿਣ ਲੱਗਾ ਜੇ ਤੇਰੇ ਪੱਲੇ ਹੈਗਾ ਕੁਛ ਤੇ ਆ ਕੁਛ ਦੇਖ ਤੇ ਕੁਛ ਦਿਖਾ। ਇੰਜ ਬੂਹੇ ਬੰਦ ਕਰਕੇ ਬੈਠਣ ਨਾਲ ਕੀ ਹੋਵੇਗਾ? ਬਾਬਾ ਜੀ ਨੇ ਉਹਦੀ ਗੱਲ ਨੂੰ ਫਿਰ ਵੀ ਸੁਣਿਆ ਅਣਸੁਣਿਆ ਕਰ ਦਿੱਤਾ। ਬੜੇ ਬੋਲ ਕਬੋਲ ਬੋਲੇ ਉਸਨੇ, ਪਰ ਬਾਬਾ ਜੀ ਨੇ ਅੱਗੋਂ ਜਵਾਬ ਹੀ ਨਾ ਦਿੱਤਾ। ਤੇ ਫਿਰ ਉੱਥੋਂ ਉਹ ਗਿਆ ਮਗਿਆਣੇ। ਮਗਿਆਣੇ ਰਹਿੰਦੇ ਸਨ ਮੰਡਲੀ ਵਾਲੇ ਸੰਤ ਆਨੰਦ ਸਿੰਘ ਜੀ, ਉਹਨਾਂ ਦਾ ਅਸਥਾਨ ਸੀ। ਉੱਥੇ ਗਿਆ ਜਿਸ ਵੇਲੇ ਤੇ ਉਹਨਾਂ ਨੂੰ ਪਹਿਲਾਂ ਦੱਸ ਦਿੱਤਾ ਕਿਸੇ ਨੇ ਵੀ ਇਸ ਤਰ੍ਹਾਂ ਕਰਕੇ ਰੋਡੇ ਸਾਧ ਨੇ ਬਾਬਾ ਆਨੰਦ ਸਿੰਘ ਜੀ ਭਿੜਕੀ ਵਾਲਿਆਂ ਨੂੰ ਬੜੇ ਕਬੋਲ ਬੋਲੇ ਹਨ। ਉਹਨਾਂ ਨੂੰ ਜਿਸ ਵੇਲੇ ਪਤਾ ਲੱਗਿਆ ਤਾਂ ਉਹ ਬੜੇ ਗੁੱਸੇ ਵਿੱਚ ਆ ਗਏ। ਕਹਿਣ ਲੱਗੇ ਸਦੋ ਰੋਡੇ ਨੂੰ। ਉਹ ਜਿਸ ਵੇਲੇ ਗੁੱਸੇ ਵਿੱਚ ਆਉਂਦੇ ਸਨ ਤਾਂ ਉਹਨਾਂ ਦੀਆਂ ਮੁੱਛਾਂ ਫਰਕਦੀਆਂ ਸਨ, ਉਹਨਾਂ ਦੇ ਡੌਲੇ ਫਰਕਦੇ ਸਨ। ਤੇ ਜਿਸ ਵੇਲੇ ਉਹਨੂੰ ਸਦਿਆ ਤੇ ਮਹਾਂਪੁਰਖਾਂ ਦਾ ਦੇਖ ਕੇ ਸਰੂਪ ਉਹਦਾ ਪਾਣੀ ਹੋ ਗਿਆ। ਉਹਨਾਂ ਦੀ ਮਹਿਮਾ ਨੂੰ ਜਾਣਦਾ ਸੀ। ਕਹਿਣ ਲੱਗੇ ਕਿਉਂ ਰੋਡਿਆ? ਉਹ ਨੀਲਿਆ, ਤੂੰ ਮਹਾਂਪੁਰਖਾਂ ਨੂੰ ਕਬੋਲ ਬੋਲੇ ਹਨ। ਜਿਸ ਵੇਲੇ ਇਹ ਬਚਨ ਕੀਤਾ ਤੇ ਨਾਲ ਹੀ ਕਹਿਣ ਲੱਗੇ ਉਹਨਾਂ ਨੂੰ ਕਹਿਣਾ ਵੀ ਕੁਝ ਦੇਖ ਜਾ ਦਿਖਾ, ਉਹਨਾਂ ਨੂੰ ਰਹਿਣ ਦੇ ਇੱਕ ਪਾਸੇ, ਇਹ ਨਾਟਕ ਚੇਟਕ ਕੀਏ ਕਰਜਾ, ਪ੍ਰਭ ਲੋਗਨ ਕੇ ਆਵਤ ਲਾ ਜਾ, ਆ ਜੇ ਕੋਈ ਦੇਖ ਦਿਖਾ ਕਰਨਾ ਤਾਂ ਸਾਡੇ ਨਾਲ ਕਰ ਲੈ। ਇੰਨੀ ਗੱਲ ਕਹਿ ਕੇ ਨਾ ਉਹਨਾਂ ਨੇ ਗੁੱਟ ਫੜ ਲਿਆ ਉਹਦਾ ਤੇ ਕਹਿਣ ਲੱਗੇ ਚੱਲ ਚਨਾਹ ਤੇ। ਚਨਾਹ ਦਰਿਆ ਉੱਥੋਂ ਨੇੜੇ ਸੀ। ਕਹਿਣ ਲੱਗੇ ਚੱਲ ਚਨਾਹ ਤੇ, ਪਾਣੀ ਦੇ ਉੱਤੇ ਤੈਨੂੰ ਅਸੀਂ ਤੋਰ ਕੇ ਲੈ ਚੱਲਾਂਗੇ ਤੇ ਉਧਰੋਂ ਤੂੰ ਤੁਰ ਕੇ ਆਪੇ ਆ ਜਾਈ, ਚੱਲ ਕੋਈ ਦੇਖ ਦਿਖਾ ਕਰ ਲੈ ਸਾਡੇ ਨਾਲ। ਜਿਸ ਵੇਲੇ ਬਚਨ ਕੀਤੇ ਉਹਦਾ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ ਮਹਾਰਾਜ ਉਹ ਐਡੇ ਹਨ ਤਾਂ ਮੈਂ ਉਹਨਾਂ ਦੀ ਮਹਿਮਾ ਨਹੀਂ ਜਾਣੀ। ਆਖਿਆ ਐਡੇ ਕੀ, ਉਹ ਤਾਂ ਬ੍ਰਹਮ ਗਿਆਨੀ ਹਨ। ਉਹ ਰੋਡਿਆ ਜੇ ਅਸੀਂ ਵੀ ਉਹਨਾਂ ਦੇ ਸਾਹਮਣੇ ਜਾਈਏ ਤਾਂ ਸਾਡੇ ਮੂੰਹੋਂ ਵੀ ਗੱਲ ਨਾ ਨਿਕਲੇ ਤੇ ਤੂੰ ਤੜਕੋ ਕੇ ਕਹਿ ਕੋਈ ਦੇਖੋ ਜਾਂ ਦਿਖਾਓ। ਫਿਰ ਦੇਖੀ ਉਹਨਾਂ ਦੀ ਸਹਿਣਸ਼ੀਲਤਾ। ਉਹ ਰੋਡਿਆ ਜੇ ਚਾਹੁੰਦੇ ਤਾਂ ਤੈਨੂੰ ਫੂਕ ਮਾਰ ਕੇ ਭਸਮ ਕਰ ਦਿੰਦੇ, ਪਰ ਉਹਨਾਂ ਨੇ ਤੇਰੀ ਗੱਲ ਦੀ ਪਰਵਾਹ ਹੀ ਨਹੀਂ ਕੀਤੀ। ਸਾਖਤ ਕਾ ਬਕਨਾ ਇਉਂ ਜਾਣੋ ਜੈਸੇ ਪਵਨ ਚਲਾਈ। ਉਹਨਾਂ ਦੇਖਿਆ ਸਾਖਤ ਬੋਲ ਰਿਹਾ ਹੈ, ਬਕ ਰਿਹਾ ਹੈ, ਜਿਵੇਂ ਹਵਾ ਇਧਰੋਂ ਆਈ ਅੱਗੇ ਲੰਘ ਗਈ। ਇਸੇ ਤਰ੍ਹਾਂ ਤੈਨੂੰ ਉਹਨਾਂ ਨੇ ਇੱਕ ਸਾਖਤ ਭੌਂਕਦਾ ਸਮਝਿਆ। ਰੋਡਿਆ ਜੇ ਕਿਤੇ ਤੇਰੇ ਭਾਗ ਹੁੰਦੇ, ਤੇਰੇ ਤੇ ਉਹਨਾਂ ਦੀ ਨਜ਼ਰ ਪੈ ਜਾਂਦੀ, ਪਤਾ ਕੀ ਹੁੰਦਾ? ਕੱਚੋ ਕੰਚਨ ਪਿਆ ਸਬਦ ਗੁਰ ਸਰਵਣੀ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪੜਿਓ, ਲੋਇਓ ਹੋਇਓ ਲਾਲ ਨਦਰ ਸਤਿਗੁਰੂ ਜਦ ਤਾਰੇ, ਪਾਹਣ ਮਾਨਕ ਕਰੇ ਗਿਆਨ ਗੁਰ ਕਿਹੋ ਵਿਚਾਰੇ, ਕਾਠੋਂ ਸ੍ਰੀ ਖੰਡ ਆ ਕਾਠ ਦੀ ਲੱਕੜੀ ਬਲਣ ਵਾਲੀ ਚੁੱਲ੍ਹੇ ਤੇ ਤੰਦੂਰ ਦੇ ਵਿੱਚ ਉਹਦੇ ਤੇ ਨਜ਼ਰ ਪੈ ਗਈ ਤਾਂ ਚੰਦਨ ਦੀ ਲੱਕੜ ਬਣ ਗਈ। ਰੁੜਿਆ ਜੇ ਤੇਰੇ ਭਾਗ ਹੁੰਦੇ ਤਾਂ ਉਹਨਾਂ ਦੇ ਚਰਨ ਧੋ ਕੇ ਪੀਂਦਾ, ਤੇਰੇ ਤੇ ਮਿਹਰ ਦੀ ਨਿਗਾਹ ਹੁੰਦੀ, ਤੇਰੀ ਕਾਇਆ ਬਦਲ ਜਾਣੀ ਸੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ।
ਪਰ ਤੇਰੀ ਗੱਲ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ, ਉਹਨਾਂ ਨੇ ਪਰਵਾਹ ਹੀ ਨਹੀਂ ਕੀਤੀ। ਦੇਖਿਆ ਸਾਖਤ ਬੋਲ ਰਿਹਾ ਹੈ, ਬਕ ਰਿਹਾ ਹੈ, ਕੀ ਪਰਵਾਹ ਹੈ ਉਹਨਾਂ ਨੂੰ, ਉਹ ਬੇਪਰਵਾਹ ਹਨ। ਬੇਪਰਵਾਹ ਨਾ ਬੋਲਣੀ ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸਵਾਮੀ। ਉਹ ਜਿਨ੍ਹਾਂ ਦੀ ਬੁੱਕਲ ਵਿੱਚ ਰੱਬ ਬੈਠਾ ਹੈ, ਰੱਬ ਜਿਨ੍ਹਾਂ ਦੀ ਬੁੱਕਲੀ, ਉਹਨਾਂ ਨੂੰ ਪਰਵਾਹ ਹੈ ਕਿਸੇ ਦੀ? ਉਹ ਬੁੱਕਲ ਵਿੱਚ ਬਿਠਾਈ ਬੈਠੇ ਹਨ ਬਾਬਾ ਆਨੰਦ ਸਿੰਘ ਜੀ, ਉਹ ਨਹੀਂ ਪਰਵਾਹ ਕਿਸੇ ਦੀ ਕਰਦੇ। ਤੋ ਐਸੇ ਮਹਾਂਪੁਰਸ਼ ਬਾਬਾ ਜੀ, ਬਾਬਾ ਆਨੰਦ ਸਿੰਘ ਜੀ ਨੂੰ, ਜਿਨ੍ਹਾਂ ਨੇ ਜਪਿਆ, ਇੰਨਾ ਜਪਿਆ ਕਿਉਂ ਨਾ ਅਸੀਂ ਉਹਨਾਂ ਦੇ ਚਰਨਾਂ ਤੇ ਵੰਦਨਾ ਕਰੀਏ, ਕਿਉਂ ਨਾ ਨਮਸਕਾਰ ਕਰੀਏ। ਆਓ ਪੜ੍ਹੋ ਇੱਕ ਵਾਰੀ, ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਮੇਰੀ ਵੰਦਨਾ ਬਾਬਾ ਆਨੰਦ ਸਿੰਘ ਨੂੰ, ਸੰਤ ਹੋ ਟੋਲ ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪਸੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏ ਕਹੋ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿ ਤੋ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਣ ਵਿੱਚ ਤਾਂ ਕਿਹੜੇ ਮਿੱਠੇ, ਪਰ ਜਿਸ ਵੇਲੇ ਉਹਨਾਂ ਦੀ ਰਹਿਤ ਦੇਖੀ, ਬਈ ਰਹਿਤ ਵਿੱਚ ਵੀ ਕੋਈ ਨਿਮਰਤਾ ਹੈ ਤਾਂ ਰਹਿਤ ਤੋਂ ਖਾਲੀ, ਮੈਂ ਪਏ ਕਰਦੇ ਜਿਵੇਂ
ਜ਼ਹਿਰ ਖਾਧੀ ਬੰਦਾ ਮਰ ਜਾਂਦਾ, ਇਸੇ ਤਰ੍ਹਾਂ ਹੋਮੇ ਕੀਤੀ ਸਾਰੇ ਜਪ ਤਪ ਮਰ ਜਾਂਦੇ ਹਨ। ਇਹ ਹੋਮੇ ਵੀ ਜ਼ਹਿਰ ਹੈ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਜੀ। ਰਹੇ ਉਹ ਸੰਤ ਹੋ ਟੋਲ, ਸਾਧ ਬਥੇਰੇ ਡਿਠੇ, ਕਹਿਤੋ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਕਲਗੀਧਰ ਪਾਤਸ਼ਾਹ ਜਿਸ ਵੇਲੇ ਦਮਦਮਾ ਸਾਹਿਬ ਵਿਸਾਖੀ ਤੇ ਗਏ, ਨਾਲ ਸੀ ਸੁਥਰਾ, ਤੇ ਸੁਥਰਾ ਫਿਰਦਾ ਫਿਰਦਾ, ਕਿਉਂਕਿ ਕਈ ਥਾਂ ਤੇ ਕਈ ਮਹਾਤਮਾ ਬੈਠੇ ਸਨ, ਕੋਈ ਕਿਤੇ ਬੈਠਾ ਕਥਾ ਕਰਦਾ, ਕੋਈ ਕਿਤੇ ਬੈਠਾ ਕਥਾ ਕਰਦਾ ਹੈ, ਇੱਕ ਥਾਂ ਤੇ ਇੱਕ ਮਹਾਤਮਾ ਬੈਠੇ ਕਥਾ ਕਰ ਰਹੇ, ਸੰਗਤ ਬੜੇ ਪਿਆਰ ਨਾਲ ਝੂਮ ਝੂਮ ਕੇ ਸੁਣ ਰਹੀ ਸੀ। ਸੁਥਰੇ ਨੇ ਪੁੱਛਿਆ ਵੀ ਕਿਉਂ, ਵੀ ਇਹ ਕੌਣ ਮਹਾਤਮਾ ਹਨ? ਆਖਿਆ ਜੀ, ਇਹ ਤਾਂ ਬੜੀ ਉੱਚੀ ਬਿਰਤੀ ਵਾਲੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼, ਤੇ ਤੈਨੂੰ ਪਤਾ ਹੀ ਕੋਈ ਨਹੀਂ, ਇਹ ਹਨ ਮਹਾਤਮਾ ਮਹਾਰਾਜ ਸੀਤਲ ਦਾਸ। ਸਦਕੇ ਸੀਤਲ ਦਾਸ, ਅਸੀਂ ਤਾਂ ਹਰ ਵੇਲੇ ਸੀਤਲਤਾ ਲੱਭਦੇ ਫਿਰਦੇ ਹਾਂ, ਹਰ ਵੇਲੇ ਅੱਗ ਵਿੱਚ ਜਲਦੇ ਰਹਿੰਦੇ ਹਾਂ, ਜੇ ਹੁਣ ਮਹਾਂਪੁਰਖ ਸੀਤਲ ਦਾਸ ਮਿਲ ਗਏ ਹਨ ਤਾਂ ਕੰਮ ਬਣ ਗਿਆ ਸਮਝੋ। ਸੁਥਰਾ ਸਭ ਤੋਂ ਅੱਗੇ ਜਾ ਕੇ ਬੈਠ ਗਿਆ, ਪਰ ਮਨ ਵਿੱਚ ਸੋਚਿਆ ਵੀ ਦੇਖਾਂ ਤਾਂ ਸਹੀ ਕਿ ਸੱਚਮੁੱਚ ਸੀਤਲ ਦਾਸ ਹੈ ਕਿ ਐਵੇਂ ਨਾਰ ਖਾਇਆ ਹੋਇਆ। ਜਿਸ ਵੇਲੇ ਅੱਗੇ ਜਾ ਕੇ ਬੈਠੇ, ਉਹ ਮਹਾਤਮਾ ਨੇ ਕਥਾ ਕਰਦਿਆਂ ਕਰਦਿਆਂ ਜਿਸ ਵੇਲੇ ਸੁਥਰੇ ਵੱਲ ਦੇਖਿਆ ਤਾਂ ਸੁਥਰੇ ਨੇ ਅੱਗੋਂ ਉਂਗਲ ਹਿਲਾਈ। ਉਹ ਮਹਾਤਮਾ ਨੂੰ ਗੁੱਸਾ ਆਇਆ ਵੀ ਕੌਣ ਮੂਰਖ ਹੈ ਜੋ ਸੰਗਤ ਵਿੱਚ ਬੈਠਾ ਇੰਜ ਇਸ਼ਾਰੇ ਕਰਦਾ। ਖੈਰ, ਨਜ਼ਰ ਬਦਲ ਗਈ, ਹੋਰ ਪਾਸੇ ਦੇਖਣ ਲੱਗ ਗਏ। ਜਦੋਂ ਦੂਜੀ ਵਾਰ ਫਿਰ ਨਿਗਾਹ ਸੁਥਰੇ 'ਤੇ ਆਈ, ਸੁਥਰੇ ਨੇ ਫਿਰ ਉਂਗਲ ਹਿਲਾਈ, ਗੁੱਸਾ ਫਿਰ ਥੋੜ੍ਹਾ ਜਿਹਾ ਵਧਿਆ। ਜਿਸ ਵੇਲੇ ਤੀਜੀ ਵਾਰ ਨਿਗਾਹ ਸੁਥਰੇ 'ਤੇ ਆਈ ਤੇ ਸੁਥਰੇ ਨੇ ਫਿਰ ਉਂਗਲ ਹਿਲਾਈ, ਫਿਰ ਤਾਂ ਰਹਿ ਨਾ ਸਕੇ, ਚਿਮਟਾ ਪਿਆ ਸੀ ਕੋਲ ਚੁੱਕੇ ਤੇ ਭੱਜੇ। ਹੁਣ ਅੱਗੇ ਅੱਗੇ ਸੁਥਰਾ ਤੇ ਮਗਰ ਮਗਰ ਮਹਾਤਮਾ ਸੀਤਲ ਦਾਸ, ਤੇ ਸੁਥਰਾ ਭੱਜ ਕੇ ਜਾ ਕੇ ਨਾ ਕਲਗੀਧਰ ਸੱਚੇ ਪਾਤਸ਼ਾਹ ਦੇ ਪਲਗ ਹੇਠਾਂ ਵੜ ਗਿਆ। ਗਰੀਬ ਨਵਾਜ ਬਚਾਓ, ਤੇ ਸਾਧ ਖੜੋਤਾ ਘੁਮਾ ਕੇ ਚਿਮਟਾ ਆਖਦਾ, ਜਰਾ ਕੁ ਬਾਹਰ ਨਿਕਲ ਫਿਰ ਤੈਨੂੰ ਮੈਂ ਦੱਸਾਂ। ਕਲਗੀਧਰ ਕਹਿਣ ਲੱਗੇ, ਕਿਉਂ ਸੁਥਰਿਆ ਅੱਜ ਫਿਰ ਕੋਈ ਚੰਦ ਚਾੜਿਆ? ਕਿਉਂਕਿ ਕੋਈ ਨਾ ਕੋਈ ਕੌਤਕ ਸੁਥਰਾ ਕਰਕੇ ਆਉਂਦਾ ਸੀ। ਨਹੀਂ ਗਰੀਬ ਨਵਾਜ, ਮੈਂ ਤਾਂ ਕੁਛ ਨਹੀਂ ਕੀਤਾ। ਉਹ ਮਹਾਤਮਾ ਕਹਿਣ ਲੱਗੇ, ਸੁਥਰਿਆ ਗੁਰੂ ਥੱਲੇ ਬੈਠ ਕੇ ਵੀ ਝੂਠ ਬੋਲਦਾ, ਬਾਹਰ ਨਿਕਲ ਤੈਨੂੰ ਮੈਂ ਦੱਸਾਂ ਵੀ ਤੂੰ ਕੀ ਕੀਤਾ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸੁਥਰਿਆ ਫਿਰ ਨਿਕਲ ਬਾਹਰ, ਜੇ ਸੱਚ ਹੋਇਆ ਨਾ ਵੀ ਤੂੰ ਮਹਾਤਮਾ ਨੂੰ ਐਵੇਂ ਗੱਲ ਕੋਈ ਆਖੀ ਆ, ਤਾਂ ਫਿਰ ਸੁਥਰਿਆ ਤੂੰ ਸਜ਼ਾ ਦਾ ਹੱਕਦਾਰ ਹੈ। ਤੇ ਸੁਥਰਾ ਡਰਦਾ ਡਰਦਾ ਕੰਬਦਾ ਕੰਬਦਾ ਬਾਹਰ ਆਇਆ, ਹੱਥ ਜੋੜੇ। ਗਰੀਬ ਨਵਾਜ, ਇਸੇ ਨੂੰ ਪੁੱਛੋ ਮੈਂ ਕੀ ਆਖਿਆ, ਕਿਉਂ ਮਹਾਤਮਾ ਜੀ ਦੱਸੋ। ਉਹਨੇ ਆਖਿਆ, ਜੀ ਹੋਰ ਕੀ ਆਖਣਾ, ਮੈਂ ਸੰਗਤ ਵਿੱਚ ਭਜਨ ਕਰ ਰਿਹਾ, ਇਹਨੇ ਮੈਨੂੰ ਦੇਖ ਕੇ 3 ਵਾਰ ਉਂਗਲਾਂ ਹਿਲਾਈਆਂ, ਪੁੱਛੋ ਇਹਦਾ ਕੀ ਮਤਲਬ। ਕਿਉਂ ਸੁਥਰਿਆ, ਮਹਾਤਮਾ ਨੂੰ ਨਮਸਕਾਰ ਕਰਨੀ ਬਣਦੀ ਆ ਕਿ ਮਸ਼ਕਰੀਆਂ? ਸੰਤਨ ਸੇਤੀ ਮਸ਼ਕਰੀ, ਕੁੱਲ ਡੋਬਣ ਕੀ ਰੀਤ, ਭਾਗਵਾਨ ਸੇਵਾ ਕਰੇ ਤੇ ਹੁਜਤਾਂ ਕਰੇ ਪਲੀਤ, ਸੱਚ ਬੋਲ ਗੱਲ ਕੀ ਆ? ਕਹਿਣ ਲੱਗਾ ਗਰੀਬ ਨਵਾਜ, ਮੈਂ ਇਹਨਾਂ ਦੀ ਬੜੀ ਸੋਭਾ ਸੁਣੀ ਸੀ ਕਿ ਮਹਾਤਮਾ ਮਹਾਰਾਜ ਸੀਤਲ ਦਾਸ ਜੀ ਹਨ। ਮੈਂ ਆਖਿਆ ਫਿਰ ਮੈਨੂੰ ਤਾਂ ਸੀਤਲਤਾ ਦੀ ਬੜੀ ਲੋੜ ਹੈ, ਕਿਉਂਕਿ
ਚੰਦਰਮਾ ਨਾਲੋਂ, ਸਰਦ ਰੁੱਤ ਨਾਲੋਂ, ਬਾਵਨ ਚੰਦਰ ਨਾਲੋਂ, ਮਹਾਤਮਾ ਦਾ ਸਤਸੰਗ ਸੀਤਲ ਹੈ। ਨੈ ਸੀਤਲੰਗ ਸੀਤ ਰੁਤੇਣ, ਨੈ ਸੀਤਲੰਗ ਬਾਵਨ ਚੰਦਲ ਹੈ, ਨਾਨਕ ਸੀਤਲੰਗ ਸਾਧ ਸਵਜਨ ਹੈ, ਮਹਾਤਮਾ ਦਾ ਸੰਗ ਸੀਤਲ ਹੈ। ਰੇ ਚੰਦਨ ਗਰਭੇ ਕਹਾਂ ਹੋ ਹੀ ਸੀਤਲ ਅੰਗ, ਤੁਝ ਤੇ ਸੀਤਲ ਸੌ ਗੁਣਾ, ਸੰਤੋ ਕਾ ਸਤਸੰਗ। ਤੇ ਗਰੀਬ ਨਵਾਜ ਮੈਂ ਕਿਹਾ ਵੀ ਇਹਨਾਂ ਤੋਂ ਸੀਤਲਤਾ ਲੈ ਕੇ ਜਾਣੀ ਹੈ, ਠੰਡ ਲੈ ਕੇ ਜਾਣੀ ਹੈ, ਪਰ ਮੈਂ ਗਰੀਬ ਨਵਾਜ ਮੈਂ ਤਾਂ ਇੱਕ ਫੂਕ ਮਾਰ ਕੇ ਦੇਖੀ ਸੀ, ਕਿਉਂਕਿ ਕਈ ਵਾਰੀ ਚਿੰਗਾੜੀ ਪਈ ਹੋਵੇ ਨਾ ਉੱਤੋਂ ਸਵਾਹ ਬਣ ਜਾਂਦੀ, ਵਿੱਚ ਅੱਗ ਹੁੰਦੀ ਹੈ, ਤੇ ਫੂਕ ਮਾਰੀਏ ਨਾ ਤੇ ਚਮਕ ਪੈਂਦੀ ਹੈ। ਗਰੀਬ ਨਵਾਜ ਮੈਂ ਤਾਂ ਇਸੇ ਤਰ੍ਹਾਂ ਇੱਕ ਫੂਕ ਮਾਰੀ ਤੇ ਇਹਨਾਂ ਨੂੰ ਥੋੜ੍ਹਾ ਜਿਹਾ ਗੁੱਸਾ ਆਇਆ, ਮੈਂ ਕਿਹਾ ਵੀ ਅੱਗ ਥੋੜ੍ਹੀ ਜਿਹੀ ਚਮਕੀ। ਦੂਜੀ ਵਾਰ ਇਹਨਾਂ ਨੇ ਫਿਰ ਮੇਰੇ ਵੱਲ ਤੱਕਿਆ, ਮੈਂ ਇੱਕ ਫੂਕ ਹੋਰ ਮਾਰ ਦਿੱਤੀ। ਤੀਜੀ ਵਾਰ ਜਿਸ ਵੇਲੇ ਫੂਕ ਮਾਰੀ ਫਿਰ ਤਾਂ ਭਾਂਬੜ ਮੱਚ ਪਿਆ, ਤੇ ਉਸ ਭਾਂਬੜ ਦਾ ਸਰੂਪ ਹੁਣ ਆਪ ਅੱਖੀ ਦੇਖੋ, ਨਾਲੇ ਇਹਨੂੰ ਪੁੱਛੋ ਕਿਉਂ ਬਈ ਤੂੰ ਤੇ ਸੀਤਲਦਾਸ ਸੀ ਹੁਣ ਅਗਨਦਾਸ ਕਿਉਂ ਬਣ ਗਿਆ। ਬੜੀ ਸ਼ਰਮ ਆਈ, ਸੱਚਮੁੱਚ ਮੈਂ ਉੱਤੋਂ ਸੀਤਲਦਾਸ ਸੀ, ਅੰਦਰੋਂ ਹਾਂ ਅਗਨਦਾਸ। ਅੰਤਰ ਅਗਨ ਬਾਹਰ ਤਨ ਸਵਾਹ, ਗੱਲ ਪਾਥਰ ਕੈਸੇ ਤਰੇ ਅਥਾ, ਜਿਹੜਾ ਆਪ ਨਹੀਂ ਤਰਿਆ ਕਿਸੇ ਨੂੰ ਕਿਵੇਂ ਤਾਰੇਗਾ। ਤਾਂ ਸਾਧ ਸੰਗਤ ਆਖਿਆ ਇਸ ਤਰ੍ਹਾਂ ਦੇ ਰਹੇ ਉਹ ਸੰਤ ਹੋ ਟੋਲ ਸਾਧ ਬਥੇਰੇ, ਪਰ ਸਹਿਬ ਆਖਦੇ ਨੇ ਪ੍ਰਭੂ ਨੂੰ ਕਿਵੇਂ ਭਾਵੇ। ਸਹਿਬ ਆਖਦੇ ਨੇ ਉਹ ਭਾਵੇ ਜੇ ਨਿਮਰਤਾ ਵਿੱਚ ਆਵੇ, ਤਜ ਮਾਨ ਸਖੀ, ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵਾਂ, ਮਤ ਮੈਂ ਆਪਣੇ ਪ੍ਰੀਤਮ ਨੂੰ ਪਾ ਜਾਵਾਂ। ਮਨ ਜੋ ਆਪਣੇ ਪ੍ਰਭਾਵੋ, ਪਰ ਕਿਵੇਂ ਨੀਚੋ ਨੀਚ, ਨੀਚ ਅਤਨਾਨਾ ਹੋਏ ਗਰੀਬ ਬੁਲਾਵ। ਮਨ ਤਜ ਮਾਨ ਸਖੀ, 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 ਮਤ ਆਪਣੇ ਤਜ ਮਾਨ ਸਖੀ, ਤਜ ਮਾਨ ਸਖੀ, ਸਖੀ ਆਓ ਸਖੀ ਬਸ ਆਓ ਸਖੀ, ਸਖੀ ਆਓ ਸਖੀ ਬਸ ਆਓ ਸਖੀ, ਅਸੀਂ ਫਿਰ ਤਜ ਮਾਨ ਸਖੀ, ਤਜ ਮਾਨ ਸਖੀ।
ਰੱਖੇ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤ ਪਾਵਾ ਮਤ ਆਪਣੇ ਪ੍ਰੀਤ ਪਾਵਾ ਤਜ ਮਾਨ ਸਖੀ ਤਜ ਮਾਨ ਸਖੀ ਤਜ ਮਾਨ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪ੍ਰੀਤਮ ਪਾਵਾ ਤਜਮਾਨ ਮੋਹ ਵਿਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਵਿਖੰਡਨੋ ਹੋਏ ਦਾਸ ਦਾਸੀ ਤਜ ਉਦਾਸੀ ਬਹੁੜ ਬਿਦੀਨਾ ਤਾਵਾ ਨਾਨਕ ਪਿਓ ਪੈ ਕਰੋ ਕਿਰਪਾ ਨਾਨਕ ਪਿਓ ਪੈ ਕਰੋ ਕਿਰਪਾ ਤਾਂ ਮੈਂ ਮੰਗਲ ਗਾਵਾਂ ਤਜ ਮਾਨ ਸਖੀ ਤਜ ਮਾਨ ਸਖੀ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਤਜ ਮਾਨ ਸਖੀ ਤਜ ਮਾਨ ਸਖੀ ਤਜ ਮਾਨ ਸਖੀ ਤਜ ਮਾਨ ਸਖੀ ਮਨ ਜੋ ਆਪਣੇ ਪ੍ਰਭ ਪਾਵਾਂ ਮੈਂ ਕਿਵੇਂ ਆਪਣੇ ਪ੍ਰਭੂ ਨੂੰ ਪਾਵਾਂ ਮੈਂ ਸੁਣਿਆ ਮੇਰਾ ਪ੍ਰਭੂ ਇੰਜ ਰੀਝਦਾ ਕਿਵੇਂ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਓ ਤੇਰੇ ਬੋਲ ਵਿੱਚ ਐਸੀ ਗਰੀਬੀ ਹੋਵੇ ਗਰੀਬ ਦਾ ਮਤਲਬ ਇਹ ਨਹੀਂ ਕਿ ਪੱਲੇ ਪੈਸੇ ਨਾ ਹੋਣ ਨਹੀਂ ਗਰੀਬ ਦਾ ਮਤਲਬ ਹੈ ਕਿ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਦਰ ਗੁਜ਼ਰ ਕਰ ਜਾਵੇ ਹੇ ਵਾਹਿਗੁਰੂ ਤੇਰਾ ਭਲਾ ਕਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਾ ਰਹੇ ਸਨ ਨਾਲ ਭਾਈ ਮਰਦਾਨਾ ਪਿੱਛੋਂ ਇੱਕ ਘੋੜੇ ਦਾ ਸਵਾਰ ਆਇਆ ਮਰਦਾਨੇ ਨੂੰ ਠੁੱਡਾ ਮਾਰਿਆ ਤੇ ਨਾਲ ਕਹਿੰਦਾ ਉਹ ਕਰਾਈਏ ਦੇ ਡੂਮ ਰਸਤਾ ਛੋੜ ਕੇ ਤੁਰ ਕਰਾਈਆ ਆਖਦੇ ਨੇ ਜੋ ਕ੍ਰਸਤੇ ਪੈ ਜਾਏ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਰਾਈਆ ਕਹਿਣ ਵਾਲੇ ਵੀ ਲੋਕ ਸਨ ਪਰ ਬਾਬੇ ਨੇ ਫਿਰ ਵੀ ਉਹਨਾਂ ਦਾ ਭਲਾ ਕੀਤਾ
ਫਿਰ ਵੀ ਆਖਿਆ ਤੇਰੇ ਭਾਣੇ ਸਰਬੱਤ ਦਾ ਭਲਾ। ਜਿਸ ਵੇਲੇ ਠਿੱਡਾ ਮਾਰਿਆ ਡਿੱਗ ਪਿਆ ਮਰਦਾਨਾ ਸਾਹਿਬ ਨੇ ਪਿੱਛੇ ਪਰਤ ਕੇ ਦੇਖਿਆ, ਜਿਸ ਵੇਲੇ ਖੜਾਕ ਹੋਇਆ ਤਾਰਾਂ ਖੜਕੀਆਂ ਰਬਾਬ ਦੀਆਂ, ਪਿੱਛੇ ਪਰਤ ਕੇ ਦੇਖਿਆ ਭਾਈ ਮਰਦਾਨਾ ਡਿੱਗਾ ਪਿਆ। ਮਰਦਾਨਿਆਂ ਵੇਖ ਕੇ ਟੁਰਿਆ ਕਰ, ਠੁੱਡਾ ਖਾਧਾ ਹੈ ਨਾ ਗਰੀਬ ਨਵਾਜ, ਮੈਂ ਠੁੱਡਾ ਖਾ ਕੇ ਨਹੀਂ ਡਿੱਗਿਆ, ਫਿਰ ਕਿਵੇਂ ਡਿੱਗ ਪਿਆ? ਅਖੇ ਜੀ ਆ ਘੋੜੇ ਦਾ ਸਵਾਰ ਮੈਨੂੰ ਠੁੱਡਾ ਮਾਰ ਕੇ ਗਿਆ। ਅੱਛਾ ਮਰਦਾਨਿਆ ਚਲੋ ਜਾਣੇ ਵੀ, ਜਿਨ੍ਹਾਂ ਨੇ ਕਿਸੇ ਦਾ ਭਲਾ ਕਰਨਾ ਹੋਵੇ ਉਹਨਾਂ ਦੇ ਇਮਤਿਹਾਨ ਹੁੰਦੇ ਹੀ, ਫਿਰ ਵੀ ਭਲਾ ਕਰੀਏ ਨਾ ਪਾਤਸ਼ਾਹ, ਇਸ ਦਾ ਭਲਾ ਨਾ ਕਰੀਏ। ਇਹ ਸਿਰਫ ਠੁੱਡਾ ਮਾਰ ਕੇ ਨਹੀਂ ਗਿਆ, ਇਹਨੇ ਮੈਨੂੰ ਇੱਕ ਉਹ ਵੀ ਗੱਲ ਆਖੀ ਹੈ ਜਿਹੜੀ ਮੇਰੇ ਕਲੇਜੇ ਛੇਕ ਪਾ ਗਈ। ਅੱਛਾ ਮਰਦਾਨਿਆ ਕੀ ਆਖਿਆ? ਇਹਨੇ ਮੈਨੂੰ ਕੁਰਾਈਏ ਦਾ ਡੂਮ ਆਖਿਆ ਹੈ। ਗਰੀਬ ਨਵਾਜ, ਅੱਛਾ ਮਰਦਾਨਿਆ ਫਿਰ ਕੀ ਚਾਹੁੰਦਾ ਹੈ? ਗਰੀਬ ਨਵਾਜ ਤੁਹਾਡਾ ਬੋਲ ਤਾਂ ਕਦੇ ਐਵੇਂ ਗਿਆ ਹੀ ਨਹੀਂ, ਇੱਕ ਵਾਰੀ ਚ ਆਖੋ ਉਹ ਘੋੜੇ ਦੇ ਸਵਾਰ ਰੱਬ ਤੇਰਾ ਬੇੜਾ ਗਰਕ ਕਰੇ, ਕਿਉਂਕਿ ਜੇ ਇੱਕ ਦਾ ਬੇੜਾ ਗਰਕ ਹੋ ਜਾਏਗਾ ਕਈਆਂ ਨੂੰ ਮੱਤ ਮਿਲੇਗੀ, ਕੋਈ ਅੱਗੋਂ ਠੁੱਡਾ ਮਾਰ ਕੇ ਨਹੀਂ ਲੰਘੇਗਾ। ਬਾਬੇ ਨੇ ਆਖਿਆ ਨਹੀਂ ਮਰਦਾਨਿਆ, ਮੈਂ ਬੇੜੇ ਗਰਕ ਕਰਨ ਨਹੀਂ ਆਇਆ, ਮੈਂ ਤਾਂ ਡੁੱਬਦੇ ਬੇੜੇ ਦੁਨੀਆਂ ਦੇ ਪਾਰ ਕਰਨ ਵਾਸਤੇ ਆਇਆ। ਇਸ ਲਈ ਮਰਦਾਨਿਆ ਬੇੜਾ ਗਰਕ ਨਹੀਂ ਕਰਨਾ, ਤੂੰ ਇੱਕ ਵਾਰੀ ਆਖ ਉਹ ਘੋੜੇ ਦੇ ਸਵਾਰ ਰੱਬ ਤੇਰਾ ਭਲਾ ਕਰੇ। ਮਰਦਾਨੇ ਆਖਿਆ ਨਾ ਬਾਬਾ, ਮੇਰੇ ਮੂੰਹ ਅੱਜ ਇਹ ਗੱਲ ਨਹੀਂ ਨਿਕਲੇਗੀ, ਕਿਉਂਕਿ ਜਿੱਥੇ ਠੁੱਡਾ ਮਾਰ ਕੇ ਗਿਆ ਉੱਥੇ ਵੀ ਦਰਦ ਪਿਆ ਹੁੰਦਾ ਹੈ, ਔਰ ਜਿਹੜੇ ਅੱਖਰ ਆਖੇ ਹਨ ਉਹਨਾਂ 'ਤੇ ਮੇਰਾ ਕਲੇਜਾ ਵਿਣ ਦਿੱਤਾ ਹੈ, ਮੈਂ ਤਾਂ ਡੂਮ ਹਾਂ ਹੀ ਸਹੀ, ਪਰ ਗਰੀਨਵਾਜ ਤੈਨੂੰ ਕੋਈ ਕਰਾਈਆ ਆਖੇ ਜੋ ਦੁਨੀਆਂ ਨੂੰ ਰਸਤੇ ਪਾਵੇ। ਇਸ ਵਾਸਤੇ ਗਰੀਨਵਾਜ ਮੇਰੀ ਬੇਨਤੀ ਮੰਨੋ, ਇੱਕ ਵਾਰੀ ਆਖੋ ਕਿ ਘੋੜੇ ਦੇ ਸਵਾਰ ਰੱਬ ਤੇਰਾ ਬੇੜਾ ਗਰਕ ਕਰੇ। ਬਾਬੇ ਆਖਿਆ ਨਹੀਂ ਮਰਦਾਨਿਆਂ ਬੇੜਾ ਗਰਕ ਨਹੀਂ ਕਰਨਾ, ਇਹੀ ਤਾਂ ਵਾਧਾ ਹੈ। ਭਗਵਾਨ ਕ੍ਰਿਸ਼ਨ ਬਹੁਤ ਵੱਡੇ ਸਨ, ਬਹੁਤ ਵੱਡੇ ਸਨ। ਇੱਕ ਵਾਰੀ ਸਭਾ ਲੱਗੀ ਹੋਈ ਸੀ, ਸ਼ਿਸ਼ਪਾਲ ਨੂੰ ਕਿਸੇ ਗੱਲ ਤੋਂ ਗੁੱਸਾ ਆ ਗਿਆ, ਉਹ ਲੱਗਾ ਭਗਵਾਨ ਨੂੰ ਗਾਲਾਂ ਕੱਢਣ, ਅਤੇ ਭਗਵਾਨ ਜਿਵੇਂ ਜਿਵੇਂ ਉਹ ਗਾਲਾਂ ਕੱਢੀ ਜਾਵੇ ਨਾ ਅਤੇ ਧਰਤੀ 'ਤੇ ਲਕੀਰਾਂ ਪਾਈ ਜਾਣ। ਕਿਸੇ ਨੇ ਬੇਨਤੀ ਕੀਤੀ, ਮਹਾਰਾਜ ਉਹ ਗਾਲਾਂ ਕੱਢੀ ਜਾਂਦਾ, ਤੁਸੀਂ ਧਰਤੀ 'ਤੇ ਲਕੀਰਾਂ ਪਾਈ ਜਾਂਦੇ ਹੋ, ਇਹ ਗੱਲ ਕੀ ਹੈ? ਕਹਿਣ ਲੱਗੇ 100 ਤੱਕ ਬਰਦਾਸ਼ਤ ਕਰਾਂਗਾ, ਪਰ ਜੇ ਇਸ ਤੋਂ ਅੱਗੇ ਬੋਲਿਆ ਤੇ ਫਿਰ ਮੇਰਾ ਸੁਦਰਸ਼ਨ ਚੱਕਰ ਇਹ ਮੇਰੇ ਹੱਥ ਵਿੱਚ ਨਹੀਂ ਰਹੇਗਾ, ਇਹਦਾ ਸਿਰ ਲਾ ਦੇਵੇਗਾ। ਤਾਂ ਜੇ ਇਸੇ ਤਰ੍ਹਾਂ ਉਹ ਸ਼ਿਸ਼ਪਾਲ ਨੇ ਸਮਝਿਆ ਇਹਨਾਂ ਦੇ ਇਹ ਮੇਰਾ ਕੀ ਮੁਕਾਬਲਾ ਕਰ ਲੈਣਗੇ, ਉਹ ਆਪਦੀਆਂ ਗਾਲਾਂ ਕੱਢੀ ਗਿਆ, ਤੇ ਜਿਸ ਵੇਲੇ 100 ਤੋਂ ਉੱਪਰ ਗੱਲ ਆਖੀ ਤੇ ਭਗਵਾਨ ਦਾ ਸੁਦਰਸ਼ਨ ਚੱਕਰ ਚੱਲਿਆ ਤੇ ਸ਼ਿਸ਼ਪਾਲ ਦਾ ਸਿਰ ਲਾ ਦਿੱਤਾ। ਤੋ ਇਹ ਮਤ ਦਿੱਤੀ ਕਿ 100 ਤੱਕ ਬਰਦਾਸ਼ਤ ਕਰੋ, ਪਰ ਬਾਬੇ ਨੇ ਆਖਿਆ ਨਹੀਂ ਨਹੀਂ ਨਹੀਂ, ਬੁਰੇ ਨਾਲ ਸਭ ਬੁਰੀ ਕਰਦੇ ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਤਾਂਹੀਆਂ ਤਾਂ ਗੁਰੂ ਕੇ ਸਿੱਖ ਜਦੋਂ ਗੁਰੂ ਕੇ ਦਰਬਾਰ ਤੇ ਹਾਜ਼ਰ ਹੁੰਦੇ ਹਨ ਤਾਂ ਕਹਿੰਦੇ ਹਨ ਤੇਰੇ ਪਾਣੇ ਸਰਬੱਤ ਦਾ ਭਲਾ। ਇਹ ਕਿਸਨੇ ਸਿਖਾਇਆ ਹੈ, ਇਹ ਕਿਸਨੇ ਮਤ ਦਿੱਤੀ ਹੈ? ਜਿਸਨੇ ਆਪ ਭਲਾ ਕੀਤਾ ਹੈ। ਇਸ ਵਾਸਤੇ ਉਹ ਮਰਦਾਨਿਆ ਉਹ ਪਿਆਰਿਆ ਪੋਲਿਆ, ਤੂੰ ਗੁੱਸਾ ਨਾ ਕਰ, ਉਹ ਸ਼ਬਦ ਗਾਉਣ ਵਾਲਿਆ ਆਖ ਦੇ
ਰੱਬ ਤੇਰਾ ਭਲਾ ਕਰੇ। ਫਰੀਦ ਨੇ ਆਖਿਆ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਤਦੇ ਤਾਂ ਫਰੀਦ ਦੀ ਬਾਣੀ ਨੂੰ ਸਤਿਗੁਰੂ ਆਪਣੇ ਨਾਰ ਲਾਈ ਬੈਠੇ ਹਨ, ਕਿਉਂਕਿ ਆਏ ਤਾਂ ਬੜੇ ਸਨ ਜਿਸ ਵੇਲੇ ਬਾਣੀ ਰਚਣ ਲੱਗੇ ਸਾਹਿਬ। ਲਾਹੌਰ ਦੇ ਭਗਤ ਛੱਜੂ ਪੀਲੂ ਕਾਨਾ ਆਏ ਤੇ ਸਾਧ ਸੰਗਤ ਬੇਨਤੀ ਕੀਤੀ, ਜੀ ਸਾਡੀ ਬਾਣੀ ਵੀ ਵਿਚਰ ਲਾ ਲਓ, ਸਾਡੀ ਵੀ ਹਾਜ਼ਰੀ ਲਾ ਲਓ। ਸਾਹਿਬ ਨੇ ਆਖਿਆ ਤੁਸੀਂ ਵੀ ਬੋਲੋ। ਤਾਂ ਸਭ ਤੋਂ ਪਹਿਲਾਂ ਕਾਨਾ ਬੋਲਿਆ, ਕਹਿੰਦਾ ਉਹੀ ਰੇ ਮੈਂ ਉਹੀ ਰੇ ਜਿਨ ਸਗਲੀ ਸ੍ਰਿਸ਼ਟੀ ਮੋਹੀ ਰੇ। ਸਾਹਿਬ ਨੇ ਆਖਿਆ ਹੈ ਉਹ ਮੈਂ ਤਾਂ ਬਾਣੀ ਦੇ ਵਿੱਚ ਕੋਈ ਵੀ ਐਸਾ ਅੱਖਰ ਨਹੀਂ ਆਖਿਆ, ਮੈਂ ਤਾਂ ਕਹਿੰਦਾ ਤੂੰ ਹੀ ਹੋ ਤੂੰ ਹਾਂ, ਤੇ ਤੂੰ ਆਖਣਾ ਮੈਂ ਹੀ ਮੈਂ ਹਾਂ। ਤੇਰੀ ਬਾਣੀ ਸੰਸਾਰ ਦਾ ਭਲਾ ਨਹੀਂ ਕਰ ਸਕਦੀ, ਕਿਉਂਕਿ ਮੈਂ ਹੋਮੈ ਦਾ ਅੱਖਰ ਨਾ ਕੋਈ ਕਹਿਣਾ ਨਾ ਸੁਣਨਾ, ਕਿਉਂਕਿ ਸਭ ਤੋਂ ਬੁਰਾ ਉਹੀ ਹੈ ਜਿਸ ਦੇ ਅੰਦਰ ਹੰਕਾਰ ਆ, ਤੇ ਹੰਕਾਰ ਰੱਬ ਨੂੰ ਪਾਉਂਦਾ ਨਹੀਂ। ਹਰਜੀ ਅਹੰਕਾਰ ਨਾ ਬਾਵਈ ਵੇਦ ਕੂਕ ਸੁਣਾਵੇ, ਜਿਨ ਗਰਭ ਕੀਆ ਸੋ ਮਾਰਿਆ, ਗਰਭ ਕੀਆ ਕੰਸ ਹੰਕਾਰੀ ਕੇਸੋ ਪਕੜ ਪਛਾਰਿਆ, ਗਰਭ ਕੀਆ ਲੰਕਾ ਪਤੀ ਰਾਵਣ ਸੋ ਟੁਕੜੇ ਕਰ ਕਰ ਡਾਰਿਆ। ਤੇਰੀ ਬਾਣੀ ਸਾਡੇ ਨਾਲ ਰਲ ਨਹੀਂ ਸਕਦੀ। ਦੂਜਾ ਉੱਠਿਆ ਛੱਜੂ, ਕਹਿੰਦਾ ਜੋ ਸ਼ੁਕ ਛੱਜੂ ਦੇ ਚਮਾਰੇ ਉੱਥੇ ਬਲਖ ਨਾ ਬੁਖਾਰੇ। ਸਾਹਿਬ ਨੇ ਆਖਿਆ ਨਾ, ਮੈਂ ਤਾਂ ਬਾਣੀ ਦੇ ਵਿੱਚ ਕਿਸੇ ਦਾ ਵੀ ਨਾਂ ਨਹੀਂ ਲਿਆ, ਕਿਸੇ ਦੇ ਨਾਂ ਲੈ ਕੇ ਗੱਲ ਨਹੀਂ ਆਖੀ। ਜੇ ਗੁਰੂ ਦੀ ਵਡਿਆਈ ਕੀਤੀ ਤਾਂ ਆਪਣਾ ਨਾਂ ਨਹੀਂ ਲਿਆ, ਜੇ ਸੰਤ ਦੀ ਵਡਿਆਈ ਕੀਤੀ ਹੈ ਤਾਂ ਸਿਰਫ ਆਪਣੇ ਸੰਤਾਂ ਵੱਲ ਇਸ਼ਾਰਾ ਨਹੀਂ ਕੀਤਾ। ਨਾਮ ਜਪ ਕੇ ਸੰਤ ਕੋਈ ਬਣ ਸਕਦਾ, ਤੇ ਤੂੰ ਆਪਣੇ ਘਰ ਨੂੰ ਸਲਾਹ ਰਿਹਾ ਹੈ, ਇਸ ਵਾਸਤੇ ਤੇਰੀ ਬਾਣੀ ਵਿੱਚ ਦਰਜ ਨਹੀਂ ਹੋ ਸਕਦੀ। ਤੇ ਫਰੀਦ ਦੀ ਬਾਣੀ ਨੂੰ ਕਿਉਂ ਰਲਾ ਲਿਆ ਨਾਲ? ਕਿਉਂਕਿ ਉਹਦਾ ਸਿਧਾਂਤ ਰਲਦਾ ਸੀ, ਫਰੀਦਾ ਬੁਰੇ ਦਾ ਭਲਾ ਕਰ, ਬਾਬੇ ਨਾਨਕ ਦਾ ਵੀ ਸਿਧਾਂਤ, ਤੇਰੇ ਭਾਣੇ ਸਰਬੱਤ ਦਾ ਭਲਾ, ਜਿਨ੍ਹਾਂ ਦਾ ਸਿਧਾਂਤ ਰਲਿਆ। ਸਾਹਿਬ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤੀ, ਜਿਹੜੇ ਭਗਤਾਂ ਨੂੰ ਥਾਂ ਮਿਲੀ ਹੈ ਉਹਨਾਂ ਦਾ ਸਿਧਾਂਤ ਰਲਿਆ ਸੀ। ਜਿਸ ਦਾ ਵੀ ਸਿਧਾਂਤ ਰਲੇਗਾ ਉਹਨੂੰ ਗੁਰੂ ਨਾਨਕ ਦੇ ਘਰ ਵਿੱਚ ਥਾਂ ਮਿਲੇਗੀ। ਅੱਜ ਜੇ ਅਸੀਂ ਮਾਣ ਕਰੀਏ ਕਿ ਅਸੀਂ ਸਿੱਖ ਹਾਂ, ਪਰ ਜੇ ਸਾਡਾ ਸਿੱਖਾਂ ਦਾ ਵੀ ਸਿਧਾਂਤ ਗੁਰੂ ਨਾਲ ਨਾ ਰਲਿਆ, ਗੁਰੂ ਦੀ ਗੋਦ ਵਿੱਚ ਉਹ ਵੀ ਨਹੀਂ ਬੈਠ ਸਕਦੇ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਤੇ ਮਰਦਾਨਿਆਂ ਪਿਆਰਿਆ ਤੂੰ ਗੁੱਸਾ ਕਰੀ ਬੈਠਾ ਹੈ, ਇੱਕ ਵਾਰੀ ਆਖ ਦੇ ਉਹ ਘੋੜੇ ਦੇ ਸਵਾਰ ਰੱਬ ਤੇਰਾ ਭਲਾ ਕਰੇ। ਮਰਦਾਨੇ ਆਖਿਆ ਜੀ ਮੇਰਾ ਜੀ ਨਹੀਂ ਕਰਦਾ। ਬਾਬੇ ਆਖਿਆ ਮੇਰਾ ਤੀਜਾ ਬਚਨ ਹੈ, ਕਹਿ ਦੇ। ਮਰਦਾਨੇ ਨੇ ਕੋਸਾ ਜਿਹਾ ਮੂੰਹ ਕਰਕੇ ਆਖਿਆ ਉਹ ਘੋੜੇ ਦੇ ਸਵਾਰ ਰੱਬ ਤੇਰਾ ਭਲਾ ਕਰੀ। ਇੰਨੀ ਗੱਲ ਆਖੀ ਸੀ ਕਿ ਉਧਰੋਂ ਘੋੜੇ ਦੇ ਸਵਾਰ ਦੇ ਘੋੜੇ ਨੇ ਠੋਕਰ ਖਾਧੀ ਤੇ ਡਿੱਗ ਪਿਆ ਮੂੰਹ ਦੇ ਪਾਰ, ਐਸਾ ਡਿੱਗਿਆ ਕਿ ਘੋੜਾ ਤਾਂ ਉੱਥੇ ਹੀ ਮਰ ਗਿਆ। ਤੇ ਕਾਠੀ ਸੀ ਬੜੀ ਕੀਮਤੀ, ਉਹਨੇ ਉਹ ਕਾਠੀ ਖੋਲ੍ਹ ਲਈ ਤੇ ਸਿਰ 'ਤੇ ਚੁੱਕ ਲਈ ਤੇ ਵਾਪਸ ਤੁਰਿਆ ਆਉਂਦਾ। ਤੇ ਜਿਸ ਵੇਲੇ ਆਇਆ ਨਾ ਬਾਬੇ ਦੇ ਕੋਲ ਤੇ ਮਰਦਾਨੇ ਨੇ ਦੇਖਿਆ, ਕਹਿਣ ਲੱਗਾ ਗਰੀਬ ਨਵਾਜ ਉਹ ਆ ਗਿਆ ਜੇ, ਉਹ ਆ ਗਿਆ ਜਿਹੜਾ ਠੁੱਡਾ ਮਾਰ ਕੇ ਗਿਆ ਸੀ, ਉਹ ਤੁਰਿਆ ਆਉਂਦਾ, ਘੋੜਾ ਪਤਾ ਨਹੀਂ ਕਿੱਧਰ ਭੱਜ ਗਿਆ, ਕਾਠੀ ਸਿਰ 'ਤੇ ਚੁੱਕੀ ਆਉਂਦਾ। ਗਰੀਬ ਨਵਾਜ ਮੇਰੀ ਇੱਕ ਬੇਨਤੀ ਤਾਂ ਮੰਨ ਲਓ। ਕਹਿਣ ਲੱਗੇ ਦੱਸ ਮਰਦਾਨੇ। ਫਿਰ ਗੁੱਸਾ ਆ ਗਿਆ ਮਰਦਾਨੇ ਨੂੰ, ਕਹਿਣ ਲੱਗਾ ਜੀ ਇੰਝ ਕਰੋ, ਤੁਸੀਂ ਤੇ ਬਾਲਾ ਜੀ ਦੀਆਂ ਦੋਵੇਂ ਬਾਹਾਂ ਫੜ ਲਵੋ ਨਾ, ਮੈਂ ਰਬਾਬ ਦੀਆਂ ਦੋ ਠੋਕਰਾਂ ਦੇ ਸਿਰ ਵਿੱਚ ਮਾਰ ਲਵਾਂ। ਬਾਬੇ ਨੇ ਆਖਿਆ ਨਹੀਂ ਮਰਦਾਨਿਆਂ, ਰਬਾਬ ਇੰਜ ਨਹੀਂ ਮਾਰੀਦਾ ਤੂੰ, ਮੈਂ ਰਬਾਬ ਦੇ ਉੱਤੇ ਸ਼ਬਦ ਦਾ ਤੀਰ ਰੱਖ ਕੇ ਮਾਰਾਂਗਾ।
ਗਰੀਬ ਨਵਾਜ ਮਾਰੋ ਫਿਰ ਦੇਰ ਕਾਹਦੀ ਹੈ। ਬਾਬੇ ਨੇ ਆਖਿਆ ਰਬਾਬ ਫੜ ਦੇਰ ਤੇਰੀ ਹੈ, ਰਬਾਬ ਵਜਾ ਦੇਰ ਤੇਰੀ ਹੈ। ਮਰਦਾਨੇ ਨੇ ਰਬਾਬ ਚੱਕਿਆ, ਰਬਾਬ ਵਜਾਇਆ, ਸਾਹਿਬ ਦਾ ਅਲਾਹੀ ਗਲਾ ਖੁੱਲਿਆ। ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ, ਗਰਵ ਨਾ ਕੀਜੇ ਨਾਨਕਾ ਮਤ ਸਿਰ ਆਵੇ ਭਾਰ। ਉਹ ਘੋੜੇ ਦੇ ਸਵਾਰ, ਹੁਣੇ ਤੂੰ ਘੋੜਾ ਭਜਾਈ ਜਾਂਦਾ ਸੀ, ਤੇਰਾ ਘੋੜਾ ਕਿੱਥੇ ਆ? ਆਖਿਆ ਮਰ ਗਿਆ ਬਈ, ਹੁਣ ਛਿੰਨ ਨਹੀਂ ਲੱਗਾ, ਤੇਰੇ ਸਿਰ ਤੇ ਕਾਠੀ ਦਾ ਭਾਰ ਆ ਗਿਆ, ਹੁਣ ਤੈਨੂੰ ਤੁਰਨਾ ਪਵੇਗਾ, ਪਤਾ ਨਹੀਂ ਕਿੱਥੇ ਜਾਣਾ। ਉਹ ਕਹਿੰਦਾ ਫਿਰ ਤੈਨੂੰ ਕੀ? ਬਾਬੇ ਨੇ ਆਖਿਆ ਜੇ ਮੈਨੂੰ ਕੁਛ ਨਾ ਹੁੰਦਾ ਮੈਂ ਸੰਸਾਰ ਤੇ ਆਉਂਦਾ ਹੀ ਕਿਉਂ, ਮੈਂ ਤਾਂ ਆਇਆ ਹੀ ਸੰਸਾਰ ਦਾ ਭਲਾ ਕਰਨ ਵਾਸਤੇ। ਇਹ ਤਾਂ ਨਿਰੰਕਾਰ ਦੇ ਮਨ ਵਿੱਚ ਜਿਸ ਵੇਲੇ ਮਿਹਰ ਪਈ, ਧਰਤੀ ਦੀ ਪੁਕਾਰ ਸੁਣੀ, ਸਭਾ ਲੱਗੀ ਹੋਈ ਸੀ, ਪੁੱਛਿਆ ਵੀ ਕੋਈ ਜਾਂਦਾ ਸੰਸਾਰ ਦੇ ਭਲੇ ਵਾਸਤੇ, ਸਭ ਨੇ ਨੀਵੀਂ ਪਾ ਲਈ, ਤਾਂ ਨਿਰੰਕਾਰ ਨੇ ਆਖਿਆ ਮੈਂ ਆਪ ਜਾਂਦਾ ਹਾਂ। ਤਾਂ ਫਿਰ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਨਿਰੰਕਾਰ ਨੇ ਗੁਰੂ ਨਾਨਕ ਦਾ ਰੂਪ ਧਾਰਿਆ ਔਰ ਇਸ ਸੰਸਾਰ ਦੇ ਉੱਤੇ ਆਏ। ਤੇ ਫਿਰ ਸਾਧ ਸੰਗਤ, ਫਿਰ ਜੋ ਵੀ ਸਰਨ ਆਇਆ ਕਿਸੇ ਨੂੰ ਤੱਕਿਆ ਨਹੀਂ, ਕਿਸੇ ਨੂੰ ਸਰਾਪ ਨਹੀਂ ਦਿੱਤਾ, ਜੋ ਸਰਨ ਆਵੇ ਤਿਸ ਕੰਠ ਲਾਵੇ। ਤੇ ਅੱਗੋਂ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਸ਼ੋਅ ਦੇ ਕੇ ਐਸੇ ਬਣਾਏ ਬਾਬਾ ਆਨੰਦ ਸਿੰਘ ਜੀ ਵਰਗੇ, ਜਿਹਨਾਂ ਵਿੱਚ ਐਡੀ ਨਿਮਰਤਾ ਕਦੇ ਕੁਝ ਆਪਣੇ ਆਪ ਨੂੰ ਸਮਝਿਆ ਹੀ ਨਹੀਂ। ਚਾਹੁੰਦੇ ਤਾਂ ਕੀ ਨਹੀਂ ਸਨ ਬਣ ਸਕਦੇ, ਰਾਜੇ ਮਹਾਰਾਜੇ ਪਾਲ ਕੇ ਚੁੱਕੀ ਫਿਰਦੇ, ਪਰ ਨਹੀਂ ਸਾਧ ਸੰਗਤ ਜਦ ਵੀ ਰੁਨੇ ਤੇ ਆਖਿਆ ਮੈਂ ਕਿੱਲੇ ਕਰਨ ਵਾਲਾ, ਮੈਂ ਤਾਂ ਅਜੇ ਸਿੱਖ ਵੀ ਨਹੀਂ ਬਣਿਆ, ਆ ਬੇਨਤੀਆਂ ਪਏ ਕਰਦੇ ਆ ਗੁਰੂ ਨਾਨਕ ਸੱਚਾ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲਵੇ। ਕਿਸੇ ਨੇ ਆ ਕੇ ਆਖਿਆ ਬਾਬਾ ਜੀ, ਅਖੇ ਉਹ ਜਿਹੜਾ ਫਲਾਨਾ ਬੰਦਾ ਨਾ ਉਹ ਬੜੀ ਤੁਹਾਡੀ ਨਿੰਦਿਆ ਕਰਦਾ। ਬਾਬਾ ਜੀ ਕਹਿਣ ਲੱਗੇ ਹੈ ਤਾਂ ਪੁੰਨਾ ਵਾਲਾ। ਬਾਬਾ ਜੀ ਨਿੰਦਕ ਔਰ ਪੁੰਨਾ ਵਾਲਾ? ਕਹਿਣ ਲੱਗੇ ਜੇ ਪੁੰਨਾ ਵਾਲਾ ਨਾ ਹੁੰਦਾ ਤੂੰ ਉਹਦੀ ਇੱਥੇ ਹਾਜ਼ਰੀ ਕਿਵੇਂ ਲਵਾਉਂਦਾ? ਇੱਥੇ ਹਾਜ਼ਰੀ ਉਸੇ ਦੀ ਲੱਗਦੀ ਹੈ ਜਿਹਦੇ ਪੁੰਨ ਹੁੰਦੇ ਹਨ। ਸਾਧ ਸੰਗਤ ਬੋਲੋ ਸ੍ਰੀ ਵਾਹ। ਇਹ ਹੈ ਸਾਧ, ਕੋਈ ਭਲਾ ਕਹੋ ਕਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਡਾਰ, ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ। ਉਹਨਾਂ ਨੇ ਲੋਕਾਂ ਦੀ ਚਤਰਾਈ ਤੇ ਸਿਆਣਪ ਉਪਮਾ ਨੂੰ ਅੱਗ ਵਿੱਚ ਸੁੱਟ ਕੇ ਸਾੜ ਦਿੱਤਾ, ਕਿਉਂਕਿ ਉਹਨਾਂ ਨੇ ਆਪਣਾ ਸ੍ਰੀ ਗੁਰੂ ਨਾਨਕ ਦੇ ਚਰਨਾਂ ਤੇ ਸੁੱਟ ਦਿੱਤਾ। ਸਾਧ ਸੰਗਤ ਬੋਲੋ ਸ੍ਰੀ ਵਾਹ। ਕਿਸੇ ਸੰਤਾਂ ਨੂੰ ਕਿਸੇ ਨੇ ਆਖਿਆ ਜੀ, ਅਖੇ ਉਹ ਫਲਾਨਾ ਬੰਦਾ ਬੜੀ ਤੁਹਾਡੀ ਨਿੰਦਾ ਕਰਦਾ। ਕਹਿਣ ਲੱਗੇ ਸਾਡੇ ਸਰੀਰ ਦੀ? ਉਹ ਸਰੀਰ ਦੀ ਨਿੰਦਾ ਤਾਂ ਅਸੀਂ ਵੀ ਰੋਜ਼ ਕਰਦੇ ਹਾਂ, ਕਿੱਡੀ ਗੰਦੀ ਭੈੜੀ ਮਸ਼ੀਨ ਹੈ, ਇਸ ਵਿੱਚ ਕੀ ਪਾਉਂਦੇ ਹਾਂ, ਕਿਹਦਾ ਕੀ ਬਣ ਜਾਂਦਾ ਹੈ, ਇਹ ਤਾਂ ਹੈ ਹੀ ਨਿੰਦਣ ਯੋਗ। ਪਰ ਕੀ ਕਰੀਏ, ਛੁਟਕਾਰਾ ਨਹੀਂ ਇਸ ਤੋਂ ਬਿਨਾਂ। ਉਹ ਨਹੀਂ ਮਹਾਰਾਜ, ਤੁਹਾਡੇ ਸਰੀਰ ਦੀ ਨਿੰਦਾ ਨਹੀਂ ਕਰਦਾ, ਉਹ ਤੁਹਾਡੀ ਕਰਦਾ ਹੈ। ਕਹਿਣ ਲੱਗੇ ਸਾਡੇ ਮਨ ਦੀ? ਮਨ ਤਾਂ ਹੈ ਹੀ ਪਾਪੀ, ਇਹ ਤਾਂ ਹੈ ਹੀ ਭੈੜਾ, ਇਸ ਦੀ ਨਿੰਦਾ ਤਾਂ ਅਸੀਂ ਵੀ ਰੋਜ਼ ਕਰਦੇ ਹਾਂ। ਉਹ ਨਹੀਂ ਮਹਾਰਾਜ, ਤੁਹਾਡੇ ਮਨ ਦੀ ਨਹੀਂ ਕਰਦਾ, ਤੁਹਾਡੀ ਕਰਦਾ ਹੈ। ਕਹਿਣ ਲੱਗੇ ਆਤਮਾ ਦੀ? ਉਹਦੀ ਨਿੰਦਾ ਹੋ ਹੀ ਨਹੀਂ ਸਕਦੀ। ਇਹ ਸੰਤ ਹੈ ਸਾਧ ਸੰਗਤ, ਕੋਈ ਭਲਾ ਕਹੋ ਕੋਈ ਬੁਰਾ ਕਹੋ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਕਿਸੇ ਨੇ ਉਹਨਾਂ ਵਿਰੁੱਧ ਇਸ਼ਤਿਹਾਰ ਛਪਾਏ, ਇਸ਼ਤਿਹਾਰ ਛਪਾ ਕੇ ਫਿਰ ਸਾਈਕਲ ਦੇ ਉੱਤੇ ਉਹ ਲਾਉਂਦਾ ਫਿਰੇ। ਉਸ ਵੇਲੇ ਵੱਡਾ ਸਾਧਨ ਸਾਈਕਲ ਹੀ ਹੁੰਦਾ ਸੀ, ਹੋਰ ਤਾਂ ਕੋਈ ਵਾਹਨ ਹੁੰਦਾ ਨਹੀਂ ਸੀ। ਉਹ ਜਿਸ ਵੇਲੇ ਲਾ ਰਿਹਾ ਥਾਂ ਥਾਂ 'ਤੇ, ਬਾਬਾ ਜੀ ਉੱਥੋਂ ਲੰਘੇ ਕੋਲ ਕਾਰ ਦੇ ਉੱਤੇ, ਦੇਖਿਆ ਖੜੋ ਗਏ। ਕਹਿਣ ਲੱਗੇ ਭਾਈ ਗੁਰਮੁਖਾ, ਬੜੀ ਤਕਲੀਫ ਹੁੰਦੀ ਹੈ ਤੈਨੂੰ, ਸਾਈਕਲ ਦੇ ਉੱਤੇ ਜਾਣਾ ਹੈ, ਸਾਈਕਲ ਦੇ ਉੱਤੇ ਆਉਣਾ, ਤੂੰ ਇੰਜ ਕਰ ਸਾਡਾ ਡਰਾਈਵਰ ਲੈ ਜਾ, ਸਾਡੀ ਗੱਡੀ ਲੈ ਜਾ, ਜਿੱਥੇ ਜਿੱਥੇ ਇਸ਼ਤਿਹਾਰ ਲਾਉਣੇ ਨੇ ਉੱਥੇ ਜਾ ਕੇ ਲਾ ਆਇਆ। ਉਹ ਤਾਂ ਚਰਨਾਂ 'ਤੇ ਟੈ ਪਿਆ। ਕਹਿਣ ਲੱਗਾ ਮੈਂ ਤਾਂ ਸੋਚਿਆ ਸੀ ਕਿ ਮੈਂ ਇਹਨਾਂ ਦੀ ਨਿੰਦਿਆ ਕਰ ਰਿਹਾ ਹਾਂ,
ਇਹ ਮੈਨੂੰ ਮਾਰਨਗੇ, ਕੁੱਟਣਗੇ, ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਉਣਗੇ, ਸੇਵਾਦਾਰਾਂ ਨੂੰ ਕਹਿਣਗੇ, ਮੈਨੂੰ ਗਾਲਾਂ ਕੱਢਣਗੇ। ਪਰ ਇੱਥੇ ਤਾਂ ਗੱਲ ਹੀ ਹੋਰ ਹੈ। ਸਾਧ ਸੰਗਤ ਬੋਲੋ ਸ੍ਰੀ ਵਾਹ। ਇਹ ਨਿਸ਼ਾਨੀ ਹੈ ਸਾਧ ਦੀ। ਖਾਦ ਖੂਦ ਧਰਤੀ ਸਹੇ, ਕਾਟ ਕੂਟ ਬਨ ਰਾਏ, ਕੁਟਲ ਬਚਨ ਸਾਧੂ ਸਹੇ, ਔਰ ਸਹੇ ਨਾ ਜਾਏ। ਤੇ ਜੇ ਸਾਧੂ ਹੋ ਕੇ ਵੀ ਬਚਨ ਨਹੀਂ ਸਹਿ ਸਕਦਾ ਤਾਂ ਫਿਰ ਸਾਧ ਸੰਗਤ ਕੋਈ ਕਮੀ ਹੈ, ਹਜੇ ਉਹ ਪੂਰਨਤਾ ਨਹੀਂ। ਕਿਉਂਕਿ ਅੰਦਰ ਹੈ ਹਉਮੈ, ਤੇ ਇਹ ਹਉਮੈ ਜਿਹੜੀ ਹੈ, ਗਰਬ ਨਾ ਕੀਜੇ ਨਾਨਕਾ ਮਤ ਸਿਰ ਆਵੇ ਪਾਰ, ਉਹਦੇ ਸਿਰ ਤੇ ਪਾਰ ਆਵੇਗਾ। ਤੇ ਇਸ ਵਾਸਤੇ ਸਾਹਿਬ ਆਖਦੇ ਨੇ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ। ਰੱਬ ਮਿਲਦਾ ਹੈ ਗਰੀਬੀ ਦਾਵੇ, ਦੁਨੀਆ ਮਾਣ ਕਰਦੀ ਹੈ ਪਰ ਵਈ ਰੱਬ ਮਿਲਦਾ ਹੈ ਗਰੀਬੀ ਦਾਵੇ। ਰੱਬ ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੀ। ਰੱਬ ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੇ। ਰੱਬ ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੇ। ਰੱਬ ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੇ। ਗਰੀਬੀ ਦਾਵੇ, ਦੁਨੀਆ ਮਾਣ ਕਰਦੇ। ਰੱਬ ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੀ। ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੇ। ਰੱਬ ਮਿਲਦਾ ਗਰੀਬੀ ਦਾਵੇ, ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੇ। ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੇ। ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੇ। ਰੱਬ ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੀ। ਆਓ ਗੁਰੂ ਕੀ ਸੰਗਤ, ਵੱਡ ਭਾਗੇ ਹੋ ਆਪ ਜਿਨ੍ਹਾਂ ਨੂੰ ਇਹ ਸਮਾਂ ਪ੍ਰਾਪਤ ਹੋਇਆ ਹੈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਗੁਰੂ ਨੂੰ ਰਜਾਇਆ, ਅਤੇ ਉਹਨਾਂ ਦੀ ਸੇਵਾ ਕੀਤੀ ਅੱਗੋਂ ਮਹਾਂਪੁਰਸ਼ਾਂ ਨੇ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸੇਵਾ ਕਰਕੇ ਰਜਾਇਆ, ਬਾਬਾ ਮੀਆਂ ਸਿੰਘ ਜੀ ਮਹਾਰਾਜ ਸਿਆੜ ਸਾਹਿਬ ਵਾਲਿਆਂ ਨੇ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਰਜਾਇਆ, ਸੰਤ ਸੁਜਾਨ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਕੀਰਤਨ ਕਰਕੇ ਰਜਾਇਆ, ਅਤੇ ਜਿਨ੍ਹਾਂ ਨੇ ਰਜਾਇਆ
ਸਹਿਬ ਆਖਦੇ ਨੇ ਜਿੰਨੀ ਮੈਂਡਾ ਲਾਲ ਰਜਾਇਆ ਹੋ ਤਿਸ ਆਗੇ ਮਨ ਡਿਹ। ਜਿਨ੍ਹਾਂ ਨੇ ਰਜਾਇਆ ਜੇ ਅਸੀਂ ਨਹੀਂ ਰਜਾਇਆ ਜੇ ਉਹ ਸਾਨੂੰ ਨਜ਼ਰ ਆ ਜਾਣ ਤੇ ਅਸੀਂ ਉਹਨਾਂ ਦੇ ਚਰਨਾਂ ਤੇ ਪੈ ਕੇ ਨਮਸਕਾਰ ਕਰੀਏ। ਤੇ ਬਾਬਾ ਮੀਆਂ ਸਿੰਘ ਜੀ ਮਹਾਰਾਜ ਨੂੰ ਅੱਗੋਂ ਰਜਾਉਣ ਵਾਲਿਆਂ ਵਿੱਚ ਸਾਡੇ ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ, ਇਹਨਾਂ ਨੇ ਰਜਾਇਆ ਤੇ ਉਹਨਾਂ ਦੀ ਬਦੌਲਤ ਸਾਧ ਸੰਗਤ ਅੱਜ ਆਪਾਂ ਨੂੰ ਇਹ ਕਿੰਨੇ ਦੇਖੋ ਰੰਗ ਭਾਗ ਲੱਗੇ ਨੇ ਇਸ ਅਸਥਾਨ ਦੇ ਉੱਤੇ ਤੇ ਕਿੰਨੇ ਮਹਾਂਪੁਰਸ਼ ਆ ਕੇ ਚਰਨ ਪਾਉਂਦੇ ਨੇ। ਬਾਬਾ ਜੀ ਬਾਬਾ ਜੋਰਾ ਸਿੰਘ ਜੀ ਬਦਨੀ ਕਲਾਂ ਵਾਲੇ ਸਾਧ ਸੰਗਤ ਕਿੰਨੇ ਦੀਵਾਨ ਉਹਨਾਂ ਨੇ ਬਖਸ਼ੇ ਜਿਨ੍ਹਾਂ ਦਾ ਇੱਕ ਇੱਕ ਸਕਿੰਟ ਕੀਮਤੀ। ਤੇ ਸਾਧ ਸੰਗਤ ਹੁਣ ਹੋਰ ਮਹਾਂਪੁਰਸ਼ ਆਏ ਨੇ, ਬੜੇ ਬੜੇ ਮਹਾਂਪੁਰਸ਼, ਬਾਬਾ ਰਜਨੀਸ਼ ਸਿੰਘ ਜੀ ਹੋਰ ਵੀ, ਤੇ ਅੱਜ ਆਪ ਬਾਬਾ ਜੀ ਨੇ ਵੀ ਸਮਾਂ ਲਾਉਣਾ ਹੈ। ਤੇ ਆਓ ਸਾਧ ਸੰਗਤ, ਦਾਸ ਕੋਈ ਕੀਰਤਨੀਆਂ ਨਹੀਂ, ਕੁਛ ਆਉਂਦਾ ਜਾਂਦਾ ਨਹੀਂ, ਬਸ ਸਾਧ ਸੰਗਤ ਇਹ ਮਹਾਂਪੁਰਖਾਂ ਦੀ ਆਸ਼ੀਰਵਾਦ ਸਦਕਾ ਤੁਹਾਡੀ ਆਸ਼ੀਰਵਾਦ ਲੈਣ ਵਾਸਤੇ ਇਹ ਹਾਜ਼ਰੀ ਭਰੀ ਹੈ। ਇੰਨੀ ਕੁ ਹਾਜ਼ਰੀ ਕਰਨੀ ਪ੍ਰਵਾਨ, ਫੁੱਲਾਂ ਚਮਕਾਂ ਬਖਸ਼ਣੀਆਂ। ਤੇ ਆਓ ਹੁਣ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।